ਕਿਸੇ ਨੇ ਕੁਝ ਸਮਿਆਂ ਤੋਂ ਜਦੋਂ ਦਾ ਸੋਸ਼ਲ ਮੀਡੀਆ ਆਇਆ ਹਰ ਗੱਲ ਨੂੰ ਉਹਨਾਂ ਨੇ ਆਪਦੀ ਜਾਤ ਤੇ ਆਪਦੇ ਧਰਮ ਤੇ ਲਾ ਕੇ ਤੇ ਉਹਦੇ ਤੇ ਟਿੱਪਣੀ ਕਰਨੀ ਸ਼ੁਰੂ ਕਰ ਦਿੱਤੀ ਕੀ ਗੁਰੂ ਨਾਨਕ ਸਾਹਿਬ ਨੇ ਉਹਨੂੰ ਇੱਕ ਵਾਰੀ ਵੀ ਕਿਹਾ ਵੀ ਤੂੰ ਸਿੱਖ ਬਣ ਜਾ ਜੋ ਮਰਜੀ ਹੋ ਜੇ ਜੇ ਉਹਨਾਂ ਨੇ ਨਮਾਜ਼ ਦਾ ਟਾਈਮ ਹੈ ਤਾਂ ਉਹਨਾਂ ਨੇ ਨਮਾਜ਼ ਤਾਂ ਕਰਨੀ ਕਰਨੀ ਹੈ ਸਾਡੇ ਆਂਗੂ ਨਹੀਂ ਭਾਈ ਅੱਜ ਮੈਂ ਬਿਮਾਰ ਆ ਜੀ ਅੱਜ ਮੈਂ ਨਿਤਨੇਮ ਨਹੀਂ ਕਰਦਾ ਜੇ ਸਿੱਖੀ ਜਮ ਦੀ ਹੀ ਗੱਲ ਕਰੀਏ ਤਾਂ ਉਹ ਸਭ ਤੋਂ ਵੱਧ ਪੰਜਾਬ ਚੋਂ ਚੱਲਣੀ ਚਾਹੀਦੀ ਤੁਸੀਂ ਇੱਕ ਸਿੱਖ ਪਰਿਵਾਰ ਦੇ ਵਿੱਚ ਜਨਮ ਲੈਨੇ ਹੋ ਤੁਸੀਂ ਚੂਜ਼ ਕੀਤਾ ਤੁਸੀਂ ਸਿੱਖ ਬਣੋਗੇ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ ਤੁਹਾਡੇ ਹਿਸਾਬ ਨਾਲ ਗੁਰੂ ਕੌਣ ਹੈ ਤੁਹਾਡੇ ਹਿਸਾਬ ਨਾਲ ਰੱਬ ਕੌਣ ਤੇ ਤੁਹਾਡੇ ਹਿਸਾਬ ਨਾਲ ਧਰਮ ਦੀ ਹੋਂਦ ਕੀ ਹੈ ਵੀਰੇ ਉਹ Hindu ਸਾਡੇ ਦੁਸ਼ਮਣ ਨਹੀਂ ਆ ਕੁਝ ਲੋਕ ਨੇ ਜਿਹੜੇ ਧਾਰਮਿਕ ਨਹੀਂ ਆ ਉਹ ਸਾਡੇ ਦੁਸ਼ਮਣ ਮੈਨੂੰ ਦੱਸੋ ਪੀਰ ਬੁੱਧੂ ਸ਼ਾਹ ਜੀ ਦਾ ਕੋਈ ਦਿਹਾੜਾ ਮਨਾਉਂਦੇ ਆ? ਪੀਰ ਬੁੱਧੂ ਸ਼ਾਹ ਜੀ ਦੀ ਜਗਾ ਕਿੱਥੇ? ਪੰਜਾਬ ਦੀ ਧਰਤੀ ਉਹ ਧਰਤੀ ਰਹੀ ਹੈ ਬੁੱਕਲ ਦੇ ਵਿੱਚ ਆਉਣ ਵਾਲਿਆਂ ਨੂੰ ਤੱਤੀ ਬਾਣ ਨਹੀਂ ਲੱਗਣ ਦਿੱਤੀ। ਹੁਣ ਉਹ ਇੰਟਰਵਿਊ ਤੇ ਡਾਇਲੌਗ ਦੇ ਵਿੱਚ ਕੀ ਸੀਗਾ ਸਿਰਫ ਇੰਨਾ ਕ ਨਹੀਂ ਸੀਗਾ ਬਈ ਯਾਰ ਸਾਰੇ ਧਰਮਾਂ ਦੇ ਬੰਦਿਆਂ ਨੂੰ ਬੁਲਾ ਕੇ ਤੇ ਇੱਕ ਇੱਕ ਲੈਕਚਰ ਕਰਾ ਕੇ ਤੇ ਕਹਾਣੀ ਕਰ। ਜੇ ਅਸੀਂ ਇਸ ਗੱਲ ਦੀ ਢੁੰਗਾਈ ਨੂੰ ਨਹੀਂ ਸਮਝਦੇ ਕਿ ਅਸੀਂ ਸਾਰੇ ਜਾਣੇ ਜਿਹੜੇ ਹਾਂ ਉਹ ਇੱਕੋ ਹੀ ਅਕਾਲ ਪੁਰਖ ਦੇ ਬੱਚੇ ਆ। ਇੱਕ ਸਿੱਖ ਚੰਗਾ ਸਿੱਖ ਬਣੇ ਇੱਕ ਮੁਸਲਮਾਨ ਚੰਗਾ ਮੁਸਲਮਾਨ ਬਣੇ ਇੱਕ ਹਿੰਦੂ ਚੰਗਾ ਹਿੰਦੂ ਬਣੇ ਤੇ ਦੋ ਬੰਦਿਆਂ ਦਾ ਆਪਸ ਚ ਪੈਸੇ ਦਾ ਰੌਲਾ ਹੋ ਗਿਆ ਉਹਨਾਂ ਨੇ ਬਾਅਦ ਚ ਗੱਲ ਬਣਾਤੀ ਜੀ ਹਿੰਦੂ ਵਰਸਸ ਸਿੱਖ ਹੋ ਗਿਆ ਜਾਂ ਮੁਸਲਮਾਨ ਵਰਸਸ ਹਿੰਦੂ ਹੋ ਗਏ ਜਾਂ ਮੁਸਲਮਾਨ ਵਰਸਸ ਸਿੱਖ ਹੋ ਗਿਆ ਜਾਂ ਕਹ ਲੋ ਰਵਿਦਾਸੀਆ ਵਰਸਸ ਸਿੱਖ ਹੋ ਗਿਆ ਸਿੱਖ ਜਿੱਥੇ ਬੰਦੀਆਂ ਇਹ ਕਹਿੰਦੀਆਂ ਨੇ ਕਿ ਤੁਸੀਂ ਇੰਟਰਫੇਸ ਕਰਾਉਣ ਤਰਤੇ ਤੁਸੀਂ ਆਪਣਾ ਘਰ ਨਹੀਂ ਸਾਭਦੇ ਖਾਸ ਕਰਕੇ ਜੇਕਰ ਆਪਣੀ ਕੌਮ ਦੇ ਵਿੱਚ ਗੱਲ ਕਰੀ ਉਹਨਾਂ ਨੇ ਗੁਰੂ ਨਾਨਕ ਦੇ ਉਸ ਕਨਸੈਪਟ ਨੂੰ ਨਹੀਂ ਸਮਝਿਆਗਾ ਮੈਸੇਜ ਨੂੰ ਸਮਝ ਲੈ ਕਿ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਸੁਖਜੀਤ ਸਿੰਘ ਤੇ ਤੁਸੀਂ ਸੁਣ ਰਹੇ ਹੋ 90.8 ਕਮਿਊਨਿਟੀ ਰੇਡੀਓ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਤੋਂ ਪ੍ਰੋਗਰਾਮ ਅਸੀਂ ਤੇ ਸਾਡਾ ਸਮਾਜ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਆਂ ਦੋਸਤੋ ਪੰਜਾਬ ਦੀ ਧਰਤੀ ਉਹ ਧਰਤੀ ਹੈ ਜਿਸ ਦੇ ਬਾਰੇ ਜ਼ਿਕਰ ਕਰਦਿਆਂ ਹੋਇਆਂ ਪ੍ਰੋਫੈਸਰ ਪੂਰਨ ਸਿੰਘ ਇਹ ਕਹਿੰਦੇ ਨੇ ਕਿ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ ਪਿਛਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਇੰਟਰਫੇਥ ਡਾਇਲੌਗ ਦੀ ਗੱਲ ਕੀਤੀ ਗਈ ਹੈ ਪੰਜਾਬ ਦੀ ਧਰਤੀ ਉਹ ਧਰਤੀ ਰਹੀ ਹੈ ਜਿਨੇ ਜਦੋਂ ਸਾਰੇ ਭਾਰਤ ਦੇ ਵਿੱਚ ਜਾਂ ਚਾਹੇ ਸਾਊਥ ਏਸ਼ੀਆਨ ਖੇਤੇ ਦੇ ਵਿੱਚ ਕੋਈ ਹਨੇਰੀ ਝੁੱਲੀ ਹੈ ਤਾਂ ਇਹਨੇ ਆਪਣੇ ਪਿੰਡੇ ਦੇ ਹਨੇਰੀਆਂ ਜਿਹੜੀਆਂ ਨੇ ਉਹ ਝੱਲੀਆਂ ਨੇ ਪਰ ਆਪਣੇ ਬੁੱਕਲ ਦੇ ਵਿੱਚ ਆਉਣ ਵਾਲਿਆਂ ਨੂੰ ਤੱਤੀ ਬਾਣੀ ਲੱਗਣ ਦਿੱਤੀ ਸੋ ਇੰਟਰਫੇਸ ਡਾਇਲੌਗ ਦੀ ਗੱਲ ਪੰਜਾਬ ਦੇ ਵਿੱਚ ਕੀਤੀ ਗਈ ਹੈ ਸਾਡੇ ਨਾਲ ਅੱਜ ਮੌਜੂਦ ਨੇ ਜਿਨ੍ਹਾਂ ਨੇ ਆਰਗੇਨਾਈਜ਼ ਕੀਤੀ ਸੀ ਪਹਿਲੀ ਇੰਟਰਫੇਸ ਕਾਨਫਰੰਸ ਪਿਛਲੇ ਸਾਲ ਔਰ ਹੁਣ ਦੂਸਰੀ ਇੰਟਰਫੇਸ ਡਾਇਲੌਗ ਜਿਹੜਾ ਆ ਉਹ ਆਰਗੇਨਾਈਜ਼ ਕਰਨ ਜਾ ਰਹੇ ਨੇ ਸਾਡੇ ਨਾਲ ਨੇ ਗੁਰਸਾਈਬ ਸਿੰਘ ਗੁਰਸੇਬ ਸਵਾਗਤ ਕਰਦੇ ਹਾਂ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੇ ਤੁਹਾਡੀ ਸਾਰੀ ਟੀਮ ਦਾ ਇਸ ਇੰਨੇ ਇੰਪੋਰਟੈਂਟ ਮੁੱਦੇ ਨੂੰ ਸਾਰੇ ਲੋਕਾਂ ਦੇ ਸਾਹਮਣੇ ਲਿਆਉਣ ਲਈ ਗੁਰਸੇਬ ਤੁਹਾਨੂੰ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਇਹਦੀ ਲੋੜ ਹੈਗੀ ਹੈ ਕਿਉਂਕਿ ਜਿਵੇਂ ਮੈਂ ਹੁਣ ਇੰਟਰੋਡਕਸ਼ਨ ਦੇ ਵਿੱਚ ਇਹ ਗੱਲ ਕਹੀ ਹੈ ਕਿ ਪੰਜਾਬ ਦੀ ਧਰਤੀ ਉਹ ਧਰਤੀ ਹੈ ਚਾਹੇ ਜਿੰਨੀ ਮਰਜ਼ੀ ਹਨੇਰੀ ਝੁੱਲੀ ਹੋਵੇ ਚਾਹੇ ਇਨਟੋਲਰੈਂਸ ਪਾਰਸ ਦੇ ਅੰਦਰ ਜਾਂ ਸਾਊਥ ਏਸ਼ੀਆਨ ਖੇਤਰ ਦੇ ਵਿੱਚ ਚਾਹੇ ਪੂਰੇ ਦੁਨੀਆ ਦੇ ਵਿੱਚ ਕਿਤੇ ਇਨਟੋਲਰੈਂਸ ਰਹੀ ਹੈ ਪੰਜਾਬ ਦੇ ਵਿੱਚ ਇਨਟੋਲਰੈਂਸ ਜਦੋਂ ਨਹੀਂ ਹੈਗੀ ਤੋਂ ਤੁਹਾਨੂੰ ਲੱਗਦਾ ਕਿ ਪੰਜਾਬ 'ਚ ਲੋਡ ਹੈਗੀ ਐ ਮੈਨੂੰ ਲੱਗਦਾ ਹੈ ਕਿ ਲੋਡ ਤੇ ਹੈਗੀ ਐ ਇਨਟੋਲਰੈਂਸ ਨਹੀਂ ਹੈਗੀ ਇਹ ਨਹੀਂ ਹੋ ਸਕਦਾ ਮੈਂ ਜੇ 네ਗੇਟਿਵ ਕਿਉਂਕਿ ਤੁਹਾਨੂੰ ਕੀ ਹੈ ਜਦੋਂ ਤੁਸੀਂ ਕੋਈ ਪੋਜ਼ਿਟਿਵ ਚੀਜ਼ ਕਰਨੀ ਹੈ ਨਾ ਤੁਹਾਨੂੰ ਪਹਿਲਾਂ 네ਗੇਟਿਵ ਚੀਜ਼ ਦੇਖਣੀ ਪਊਗੀ ਜਿੱਦਾਂ ਕਹਿੰਦੇ ਆ ਬਈ ਜਦੋਂ ਡਾਕਟਰ ਦਵਾਈ ਦਿੰਦਾ ਨਾ ਤੇ ਪਹਿਲਾਂ ਪੁੱਛਦਾ ਬਿਮਾਰੀ ਕੀ ਹੈ ਫਿਰ ਉਹ ਪੁੱਛਦਾ ਕਿਸ ਲੈਵਲ ਦੀ ਬਿਮਾਰੀ ਹੈ ਫਿਰ ਉਹ ਡਿਸਾਈਡ ਕਰਦਾ ਹੈ ਕਿ ਦਵਾਈ ਕੀ ਦੇਣੀ ਹੈ ਇਦਾਂ ਹੀ ਜਦੋਂ ਇੰਟਰਫੇਸ ਦੀ ਗੱਲ ਚੱਲੀ ਨਾ ਤਾਂ ਉਸ ਤੋਂ ਪਹਿਲਾਂ ਸਾਨੂੰ ਪੰਜਾਬ ਦਾ ਇੱਕ ਸਟਰਕਚਰ ਦੇਖਣਾ ਪਊਗਾ ਸਟਰਕਚਰ ਦੇਖਣ ਲਈ ਤੁਹਾਨੂੰ ਇਹ ਜ਼ਰੂਰ ਵੇਖਣਾ ਪਊਗਾ ਕਿ ਜਿਹੜੀਆਂ ਕੋਮਾ ਪੰਜਾਬ ਦੇ ਵਿੱਚ ਰਹਿ ਰਹੀਆਂ ਨੇ ਕੀ ਉਹਨਾਂ ਦਾ ਪਿਛਲੇ ਸਮੇਂ ਵਿੱਚ ਆਪਸੀ ਪਿਆਰ ਪਿਆ ਠੀਕ ਹੈ no doubt ਕਿ ਬਹੁਤ ਵੱਡੇ ਲੈਵਲ ਦੇ ਝਗੜੇ ਨਹੀਂ ਹੋਏ ਪਰ ਆਪਸੀ ਕੋਮਾ ਬਹੁਤ ਸਾਰੀਆਂ ਪਾੜ ਗਈਆਂ ਮਿਸਾਲ ਦੇ ਤੌਰ ਤੇ ਬਈ ਸਿੱਖਾਂ ਦੇ ਵਿੱਚੋਂ ਮذਬੀ ਸਿੱਖਾਂ ਦਾ ਅੱਡ ਹੋਣਾ ਸਿੱਖਾਂ ਦੇ ਵਿੱਚੋਂ ਕਹਿ ਲੋ ਰਵਿਦਾਸੀਆਂ ਦਾ ਅੱਡ ਹੋਣਾ ਜਾਂ ਰਵਿਦਾਸੀਆਂ ਦਾ ਅੱਡ ਹੋਣਾ ਨਹੀਂ ਮੈਂ ਕਹਿ ਸਕਦਾ ਰਵਿਦਾਸੀਆਂ ਦਾ ਇੱਕ ਇਨਟੋਲਰੈਂਸ ਹੋਣਾ ਉੱਥੇ ਉੱਥੇ ਇੱਕ ਸਵਾਲ ਆ ਜਾਂਦਾ ਕਿ ਤੁਸੀਂ ਆਪਣਾ ਘਰ ਸੰਭਲੋ ਜਿਹੜੀਆਂ ਆਪਣੀਆਂ ਜੱਥੇਬੰਦੀਆਂ ਸਖਤ ਜੱਥੇਬੰਦੀਆਂ ਇਹ ਕਹਿੰਦੀਆਂ ਨੇ ਕਿ ਤੁਸੀਂ ਇੰਟਰਫੇਸ ਕਰਾਉਣ ਤੁਰਪੇ ਤੁਸੀਂ ਆਪਣਾ ਘਰ ਨਹੀਂ ਸੰਭਾਲੋ ਦੇਖੋ ਇੰਟਰਫੇਸ ਕਰਾਉਣ ਤੁਰਪੇ ਦੀ ਗੱਲ ਨਹੀਂ ਹੈ ਇਹੀ ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਪਹਿਲਾਂ ਸਾਨੂੰ ਬਿਮਾਰੀ ਦੇਖਣੀ ਪਊਗੀ ਬਿਮਾਰੀ ਆਈ ਕਿੱਥੋਂ ਮੈਂ ਇਹ ਨਹੀਂ ਕਹਿੰਦਾ ਵੀ ਇਹਦੇ ਵਿੱਚ ਸਿਰਫ ਔਰ ਸਿਰਫ ਸਿੱਖਾਂ ਦਾ ਦੋਸ਼ ਆ ਜਾਂ ਇਹਦੇ ਵਿੱਚ ਫੋਰ ਸਿਰਫ ਜਿਹੜੀਆਂ ਦੂਜੀ ਕਮਿਊਨਿਟੀਜ਼ ਨਾਲ ਸਾਡਾ ਗੈਪ ਆ ਉਹਨਾਂ ਦਾ ਦੋਸ਼ ਆ ਇਹ ਇਦਾਂ ਦੀ ਗੱਲ ਨਹੀਂ ਹੈ ਤੇ ਇਹਦੇ ਵਿੱਚ ਇਹ ਵੀ ਨਹੀਂ ਆ ਕਿ ਸਿਰਫ ਸਿੱਖਾਂ ਨਾਲ ਹੀ ਇਨਟੋਲਰੈਂਸ ਆ ਹਿੰਦੂਆਂ ਦੀ ਤੇ ਮੁਸਲਮਾਨਾਂ ਦੀ ਵੀ ਆਪਸ ਚ ਇਨਟੋਲਰੈਂਸ ਆ ਹੂੰ ਇਹ ਗਾਣੀ ਆ ਨਾ ਵੀਰੇ ਗੱਲ ਪਤਾ ਕੀ ਆ ਦੇਖੋ ਤੁਹਾਨੂੰ ਇਹ ਸਮਝਣਾ ਪਊਗਾ ਕਿ ਕੋਈ ਨਾ ਕੋਈ ਸ਼ਰਾਰਤੀ ਅੰਸਰ ਜਾਂ ਕੋਈ ਨਾ ਕੋਈ ਕੁਝ ਬੰਦੇ ਕੋਈ ਗਰੁੱਪ ਜਿਹੜੇ ਆ ਇਹਨੂੰ ਆਪਣੇ ਸੈਲਫਿਸ਼ ਮੋਟਿਵਜ਼ ਲਈ ਡਿਵਾਈਡ ਐਂਡ ਰੂਲ ਪੋਲਿਸੀ ਕਰਦੇ ਆ ਪਹਿਲਾਂ ਵੀ ਕਰਦੇ ਰਹੇ ਆ ਤੇ ਹੁਣ ਵੀ ਕਰਦੇ ਰਹੇ ਪਰ ਸਾਨੂੰ ਕੀ ਕਰਨਾ ਸਾਨੂੰ ਇੱਕ ਬਿਮਾਰੀ ਪਤਾ ਲੱਗੀ ਕਿ ਜਿਹੜੀ ਬੜੀ ਸਪੀਡ ਨਾਲ ਵੱਧ ਰਹੀ ਸੀ ਪਿਛਲੇ ਕੁਝ ਸਮਿਆਂ ਤੋਂ ਜਦੋਂ ਦਾ ਸੋਸ਼ਲ ਮੀਡੀਆ ਆਇਆ ਹਰ ਗੱਲ ਨੂੰ ਉਹਨਾਂ ਨੇ ਆਪਦੀ ਜਾਤ ਤੇ ਆਪਦੇ ਧਰਮ ਤੇ ਲਾ ਕੇ ਤੇ ਉਹਦੇ ਤੇ ਟਿੱਪਣੀ ਕਰਨੀ ਸ਼ੁਰੂ ਕਰਤੀ ਤੇ ਹੁਣ ਆ ਕੀ ਹੈ ਕਿਸੇ ਨੇ ਇੱਕ ਫੋਟੋ ਪਾਣੀ ਉਹਦੇ ਥੱਲੇ ਗੱਲ ਪਹਿਲਾਂ ਕੋਈ ਮਤਲਬ ਸਾਰਥਕ ਗੱਲ ਨਹੀਂ ਹੋਣੀ ਸਭ ਤੋਂ ਪਹਿਲਾਂ ਸ਼ੁਰੂ ਹੋਣਾ ਬਈ ਜੀ ਇੱਕ ਸਿੱਖ ਨਾਲ ਆ ਹੋ ਗਿਆ ਇੱਕ Hindu ਨੇ ਪਾਣਾ ਇੱਕ Hindu ਨਾਲ ਆ ਹੋ ਗਿਆ ਜੀ ਉਸ ਤੋਂ ਬਾਅਦ 10 ਕ ਕਮੈਂਟਾਂ ਤੋਂ ਬਾਅਦ ਗਾਲੋ ਗਾਲੀ ਸ਼ੁਰੂ ਹੋ ਜਾਣੀ ਇਹ ਕਿੱਥੋਂ ਦਾ ਮਾਹੌਲ ਆ ਇਹ ਪੰਜਾਬ ਦਾ ਮਾਹੌਲ ਨਹੀਂ ਹੈ ਇਹ ਸਾਡਾ ਉਹ ਸੋਹਣਾ ਪੰਜਾਬ ਨਹੀਂ ਹੈ ਜਿੱਦੇ ਸਾਡੇ ਪੁਰਖੇ ਸਾਨੂੰ ਗੱਲਾਂ ਸੁਣਾਉਂਦੇ ਸਨ ਬਾਤ ਦੇ ਵਿੱਚ ਉਸ ਗੱਲ ਦੇ ਤਹਿ ਦੇ ਪਿੱਛੇ ਜਾ ਜਾਂਦਾ ਗੱਲ ਕੁਝ ਹੋਰ ਨਿਕਲਦੀ ਹੈ ਗੱਲ ਕੁਝ ਹੋਰ ਕਿ ਗੱਲ ਉਹਨਾਂ ਦਾ ਕੋਈ ਪਰਸਨਲ ਮਸਲਾ ਹੋਊਗਾ ਉਹ ਪਰਸਨਲ ਮਸਲੇ ਨੂੰ ਵਧਾਵਾ ਦੇਣ ਲਈ ਜਾਂ ਪਰਸਨਲ ਮਸਲੇ ਨੂੰ ਵਧਾਉਣ ਲਈ ਜਾਂ ਉਹਨੂੰ ਕਹ ਲਓ ਉਹਨੂੰ ਟੀਆਰਪੀ ਦੇਣ ਲਈ ਅੱਜ ਟੀਆਰਪੀ ਬੜਾ ਵਰਡ ਕਾਮਨ ਹੋ ਗਿਆ ਨਾ ਉਹ ਇੱਥੋਂ ਹੀ ਕਾਮਨ ਹੋਇਆ ਵੀ ਵਿਊਜ਼ ਮਿਲਦੇ ਆ ਜੀ ਚੈਨਲਾਂ ਦੀ ਇਨਕਮ ਹੈ ਉਤੋਂ ਹਾਂ ਵਿਊਜ਼ ਮਿਲਦੇ ਆ ਠੀਕ ਹੈ ਹੁਣ ਉਹਨੂੰ ਵਧਾਉਣ ਲਈ ਉਹਨਾਂ ਨੇ ਕੀ ਕਰਤਾ ਜੀ ਦਾ ਆਪਸ ਚ ਪੈਸੇ ਦਾ ਰੌਲਾ ਹੋ ਗਿਆ ਠੀਕ ਹੈ ਜੇ ਦੋਨੋਂ ਵਪਾਰਕਾਂ ਸਾਂਝ ਸੀਗੀ ਕੋਈ ਪੈਸੇ ਦਾ ਰੌਲਾ ਹੋ ਗਿਆ ਉੱਥੇ ਕਿਸੇ ਕਰ ਗੱਲ ਕਰਕੇ ਹੱਥਾ ਪਾਈ ਹੋਗੀ ਉਹਨਾਂ ਨੇ ਬਾਅਦ ਚ ਗੱਲ ਬਣਾਤੀ ਜੀ ਹਿੰਦੂ ਵਰਸਸ ਸਿੱਖ ਹੋ ਗਿਆ ਜਾਂ ਮੁਸਲਮਾਨ ਵਰਸਸ ਹਿੰਦੂ ਹੋ ਗਿਆ ਜਾਂ ਮੁਸਲਮਾਨ ਵਰਸਸ ਸਿੱਖ ਹੋ ਗਿਆ ਜਾਂ ਕਹਿ ਲੋ ਰਵਿਦਾਸੀਆ ਵਰਸਸ ਸਿੱਖ ਹੋ ਗਿਆ ਤੇ ਫਿਰ ਕੀ ਹੋਇਆ ਵੀ ਦੋਵੇਂ ਪਾਸੇ ਕਮਿਊਨਿਟੀਆਂ ਇਕੱਠੀਆਂ ਹੋ ਗਈਆਂ ਕਿਉਂਕਿ ਅੱਧੇ ਤੋਂ ਵੱਧ ਬੰਦਿਆਂ ਨੂੰ ਲੱਗਿਆ ਵੀ ਨਹੀਂ ਯਾਰ ਇਹ ਤਾਂ ਹੁਣ ਕੌਮਾਂ ਦਾ ਮਸਲਾ ਹੋ ਗਿਆ ਇਹ ਤਾਂ ਸਾਡੀ ਜ਼ਮੀਰ ਦਾ ਮਸਲਾ ਹੋ ਗਿਆ ਇਹ ਤਾਂ ਸਾਡੇ ਕਹਿ ਲੋ ਵੀ ਘਰ ਦਾ ਮਸਲਾ ਹੋ ਗਿਆ ਉਹ ਇੰਦਾ ਛੋਟੀ ਜੀ ਗੱਲ ਨੂੰ ਮੈਂ ਉਹ ਚੀਜ਼ਾਂ ਨੂੰ ਦੱਬਣ ਲਈ ਉਹ ਚੀਜ਼ਾਂ ਨੂੰ ਕਹਿ ਲੋ ਬਈ ਅ ਸੁਹਿਰਦਤਲ ਨਾਲ ਸੋਚਣ ਲਈ ਐਨਾਲਿਸਿਸ ਕਰਨ ਲਈ ਹੀ ਅਸੀਂ ਜਿਹੜੀ ਇੰਟਰਫੇਸ ਦਾ ਮੁੱਢ ਬਣਿਆ ਤੁਸੀਂ ਤੁਸੀਂ ਕਹਿ ਰਹੇ ਹੋ ਕਿ ਕੁਝ ਲੋਕ ਨੇ ਜਿਹੜੇ ਉਸ ਚੀਜ਼ ਨੂੰ ਗਲਤ ਡਾਇਰੈਕਸ਼ਨ ਦੇ ਦਿੰਦੇ ਨੇ ਉਸ ਚੀਜ਼ ਨੂੰ ਆਪਣੇ ਨਿੱਜੀ ਹਿੱਤਾਂ ਦੇ ਲਈ ਵਰਤ ਲੈਂਦੇ ਨੇ ਇਹ ਇੱਕ ਐਸਪੈਕਟ ਆ ਕੌਣ ਕੌਣ ਹੋ ਸਕਦੇ ਆ ਉਹ ਲੋਕ ਤੁਹਾਨੂੰ ਦੇਖੋ ਇਹ ਇੱਕ ਐਸਪੈਕਟ ਆ ਮੈਂ ਇਹ ਗੱਲ ਕਹੂੰਗਾ ਇਹਦੇ ਵਿੱਚ ਕੋਈ ਵੀ ਹੋ ਸਕਦਾ ਕਿਸੇ ਵੀ ਧਰਮ ਦਾ ਹੋ ਸਕਦਾ ਮੈਂ ਕੋਈ ਇੱਕ ਸਪੈਸਿਫਿਕ ਧਰਮ ਨੂੰ ਨਹੀਂ ਟਾਰਗੇਟ ਕਰਦਾ ਕਿਸੇ ਵੀ ਧਰਮ ਦਾ ਹੋ ਸਕਦਾ ਕਿਸੇ ਵੀ ਮਜ਼ਹਬ ਦਾ ਹੋ ਸਕਦਾ ਕਿਸੇ ਵੀ ਕਮਿਊਨਿਟੀ ਦਾ ਹੋ ਸਕਦਾ ਕਿਸੇ ਵੀ ਪੋਲੀਟੀਕਲ ਪਾਰਟੀ ਦਾ ਹੋ ਸਕਦਾ ਕਿਉਂਕਿ ਪੋਲੀਟੀਕਲ ਪਾਰਟੀਆਂ ਵੀ ਇਹ ਕਰਦੀਆਂ ਰਹੀਆਂ ਨੇ ਵਿਛੋਕਰ ਚ ਵੀ ਕਰਦੀਆਂ ਰਹੀਆਂ ਨੇ ਹੁਣ ਵੀ ਕਰਦੀਆਂ ਰਹੀਆਂ ਨੇ ਤੇ ਹੋ ਸਕਦਾ ਆਉਣ ਵਾਲੇ ਸਮੇਂ ਚ ਵੀ ਕਰਦੀਆਂ ਰਹਿਣ ਜੇ ਅਸੀਂ ਇਸ ਗੱਲ ਦੀ ਸਹਿਰਦਤਾ ਨੂੰ ਨਹੀਂ ਸਮਝਦੇ ਜੇ ਅਸੀਂ ਇਸ ਗੱਲ ਦੀ ਡੂੰਘਾਈ ਨੂੰ ਨਹੀਂ ਸਮਝਦੇ ਕਿ ਅਸੀਂ ਸਾਰੇ ਜਾਣੇ ਜਿਹੜੇ ਹਾਂ ਉਹ ਇੱਕੋ ਹੀ ਅਕਾਲ ਪੁਰਖ ਦੇ ਬੱਚੇ ਆ ਇਹਦੇ ਤੇ ਹੁਣ ਤੇ ਫਿਲਮਾਂ ਵੀ ਬਣਨ ਲੱਗੀਆਂ ਹੁਣ ਤੁਸੀਂ ਆ ਵੇਖੋ ਵੀ ਫੇਕ ਫਿਲਮ ਬਣਦੀ ਹੈ ਫਿਲਮ ਬਿਲਕੁਲ ਸਹੀ ਟਰੈਕ ਤੇ ਜਾ ਰਹੀ ਹੁੰਦੀ ਹੈ ਤੇ ਬਹੁਤ ਸਾਰੇ ਐਵੇਂ ਹੀ ਬੰਦਿਆਂ ਨੂੰ ਖੜਾ ਕਰਕੇ ਉਹ ਫਿਲਮ ਨੂੰ ਬਿਆਨ ਕਰਾ ਦਿੱਤਾ ਜਾਂਦਾ ਠੀਕ ਹੈ ਉਹਦੇ ਅਗੇਂਸਟ ਕੁਝ ਕਰਾ ਦਿੱਤਾ ਜਾਂਦਾ ਅੱਜ ਕੋਈ ਗੱਲ ਮੈਂ ਹੁਣ ਤੁਹਾਡੇ ਚੈਨਲ ਤੇ ਵੀ ਕਹਿ ਰਿਹਾ ਹੁਣੇ ਮੇਰੀ ਗੱਲ ਦਾ ਕੁਝ ਵੀ ਮਤਲਬ ਕੱਢ ਕੇ ਤੇ ਹੋ ਸਕਦਾ ਮੈਨੂੰ ਵੀ ਕਿਸੇ ਚੌਂਕ ਚ ਇਹਨਾਂ ਨੇ ਖੜਾਇਆ ਹੋਵੇ ਗੱਲ ਇੰਨੀ ਗੱਲ ਵੀਰੇ ਸਾਰੇ ਧਰਮਾਂ ਨੂੰ ਜਿਹੜੇ ਬੰਦੇ ਪੜ ਲੈਂਦੇ ਆ ਨਾ ਉਹ ਨਹੀਂ ਇਹ ਗੱਲ ਕਰਦੇ ਇਹ ਉਹ ਬੰਦੇ ਗੱਲ ਕਰਦੇ ਆ ਵੀ ਜਿਨ੍ਹਾਂ ਨੇ ਕਿਸੇ ਦੇ ਚੁੱਕ ਵਿੱਚ ਆ ਕੇ ਕਹਤਾ ਵੀ ਨਹੀਂ ਯਾਰ ਸਾਡੇ ਧਰਮ ਨੂੰ ਖਤਰਾ ਹੈ ਗੁਰੂ ਨਾਨਕ ਸਾਹਿਬ ਨੇ ਤਕਰੀਬਨ ਜੰਨੀਆਂ ਜਿਹੜੀਆਂ ਡਾਇਲੌਗਸ ਕੀਤੇ ਨੇ ਦੂਜੇ ਧਰਮਾਂ ਦੇ ਬਹੁਤੇ ਉਹਨਾਂ ਦੇ ਡਾਇਲੌਗਸ ਦੀ ਗੱਲ ਕਰਾਂ ਚਾਹੇ ਤੁਸੀਂ ਹਰਦਵਾਰ ਜਾ ਕੇ ਗੱਲ ਕਰਨ ਦੀ ਗੱਲ ਕਰੀਏ ਮੱਕੇ ਜਾ ਕੇ ਗੱਲ ਕਰਨ ਦੀ ਗੱਲ ਕਰੀਏ ਜਾਂ ਜਿੰਨੇ ਯੋਗੀਆਂ ਦੇ ਜਿਹੜੇ ਦੂਸਰੀ ਉਦਾਸੀ ਦੇ ਵਿੱਚ ਜ਼ਗਾਵਾ ਤੇ ਗਏ ਨੇ ਸੋ ਉਹਨਾਂ ਨੇ ਜਿੰਨੇ ਵੀ ਡਾਇਲੌਗਸ ਕੀਤੇ ਨੇ ਸਾਰੇ ਆਲਮੋਸਟ ਜਿਹੜੇ ਨੋ ਇੰਟਰਫੇਅਰ ਡਾਇਲੌਗਸ ਨੇ ਤਾਂ ਤੁਹਾਨੂੰ ਲੱਗਦਾ ਕਿ ਜਿਹੜੇ ਆਲੋਚਨਾ ਕਰਦੇ ਨੇ ਜਾਂ ਜਿਹੜੇ ਇਸ ਚੀਜ਼ ਤੇ ਕ੍ਰਿਟੀਸਾਈਜ਼ ਕਰਦੇ ਨੇ ਖਾਸ ਕਰਕੇ ਜੇਕਰ ਆਪਣੀ ਕੌਮ ਦੇ ਵਿੱਚੋਂ ਗੱਲ ਕਰੀ ਜਿਨ੍ਹਾਂ ਨੇ ਕ੍ਰਿਟੀਸਾਈਜ਼ ਕੀਤਾ ਜਾਂ ਤੇ ਫਿਰ ਉਹਨਾਂ ਨੇ ਗੁਰੂ ਨਾਨਕ ਦੇ ਉਸ ਕਨਸੈਪਟ ਨੂੰ ਨਹੀਂ ਸਮਝਿਆਗਾ ਮੈਸੇਜ ਨੂੰ ਸਮਝ ਲੈ ਠੀਕ ਹੈ ਹਰਦਵਾਰ ਜਾ ਕੇ ਕੀ ਮੈਸੇਜ ਦਿੱਤਾ ਜਾਂ ਮੱਕੇ ਜਾ ਕੇ ਕੀ ਦਿੱਤਾ ਲੇਕਿਨ ਨਾਲ ਜਿਹੜੀ ਐਸੋਸੀਏਟਡ ਚੀਜ਼ ਸੀ ਜੁੜੀ ਹੋਈ ਸੀ ਇੰਟਰਫੇਸ ਡਾਇਲੌਗ ਦੀਆਂ ਤੇ ਫਿਰ ਉਹਨਾਂ ਨੂੰ ਸਮਝ ਨਹੀਂ ਆ ਜਾਂ ਫਿਰ ਉਹ ਕਿਸੇ ਦੀ ਚੁੱਕ ਦੇ ਵਿੱਚ ਆ ਜਾਂਦੇ ਨੇ ਥੋੜਾ ਸਮਝ ਥੋੜੀ ਰੱਖਦੇ ਨੇ ਤੁਹਾਨੂੰ ਕੀ ਲੱਗਦਾਗਾ ਤੇਰੇ ਬਿਲਕੁਲ ਸਹੀ ਹੈ ਤੁਹਾਡੀ ਇਹ ਗੱਲ ਕਾਫੀ درست ਹੈ ਮੈਂ ਇਹ ਗੱਲ ਕਹੂੰਗਾ ਬਈ ਇਹਦੇ ਵਿੱਚ ਨਾ ਮਤਲਬ ਲੈਕ ਆਫ ਨੋਲੇਜ ਹੈ ਪਹਿਲੀ ਗੱਲ ਅਸਲ ਵਿੱਚ ਕੀ ਆ ਸੀ ਉਹੀ ਗੱਲਾਂ ਜਾਦਾ ਸੁਣਦੇ ਆ ਜਾਂ ਉਹੀ ਗੱਲਾਂ ਨੂੰ ਜਾਦਾ ਮੰਨਦੇ ਆ ਜਾਂ ਆਪਣੇ ਅੰਦਰ ਘਰ ਕਰ ਲੈਣੇ ਆ ਜਿਹੜੀਆਂ ਕਾਮਨਲੀ ਹੁੰਦੀਆਂ ਹੁਣ ਹਰਦوار ਦੀ ਸਾਖੀ ਵਿੱਚ ਹਰਦوار ਦਾ ਤਾਂ ਜ਼ਿਕਰ ਆ ਗਿਆ ਹਮ ਪੰਡਤਾਂ ਦਾ ਤਾਂ ਜ਼ਿਕਰ ਆ ਗਿਆ ਹਨ ਪਰ ਇੱਕ ਗੱਲ ਨਹੀਂ ਵੇਖੀ ਗਈ ਵੀ ਗੁਰਦੁਆ ਮਤਲਬ ਉੱਥੇ ਜਾ ਕੇ ਹਰਦوار ਜਾ ਕੇ ਹੀ ਕਿਉਂ ਗੱਲ ਕੀਤੀ ਕਿਉਂਕਿ ਜਿਹੜੀ ਪ੍ਰੋਬਲਮ ਜਿੱਥੇ ਹੈ ਨਾ ਉੱਥੇ ਜਾ ਕੇ ਗੱਲ ਕਰਨੀ ਪਊ ਉੱਥੇ ਜਾ ਕੇ ਗੱਲ ਹੋਣੀ ਜੀ ਮਿਸਾਲ ਦੇ ਤੌਰ ਤੇ ਇੱਕ ਚੀਜ਼ ਹੋਰ ਵੀ ਹੈ ਇਹਦੇ ਵਿੱਚ ਸਾਰੀ ਕਹਾਣੀ ਵਿੱਚ ਇੱਕ ਮਿਸ ਪਤਾ ਕੀ ਹੈ ਜਿਹੜੀਆਂ ਸਾਡੀਆਂ ਰਿਲੇਸ਼ਨਸ਼ਿਪਸ ਹਿਸਟਰੀ ਦੇ ਵਿੱਚ ਸਿੱਖਾਂ ਦੀਆਂ ਬਾਕੀ ਧਰਮਾਂ ਨਾਲ ਰਹੀਆਂ ਉਹਦੀ ਗੱਲ ਹੀ ਨਹੀਂ ਹੁੰਦੀ ਉਹਦੀ ਗੱਲ ਕਿਉਂ ਨਹੀਂ ਹੁੰਦੀ ਕਿਉਂਕਿ ਉਹਦੀ ਗੱਲ ਕਰਨ ਲਈ ਤੁਹਾਨੂੰ ਜਿਹੜਾ ਉਹ ਮਾਈਂਡਸੈਟ ਖੋਲਣਾ ਪਊਗਾ ਤੇ ਜਦੋਂ ਇਹ ਮਾਈਂਡਸੈਟ ਖੋਲਣ ਦੀ ਗੱਲ ਕਰਦੇ ਇਹ ਕਹਿੰਦੇ ਫਿਰ ਨਹੀਂ ਯਾਰ ਇਹ ਨਾਸਤਿਕਤਾ ਵਾਲਾ ਠੀਕ ਹੈ ਕੁਝ ਲੋਕ ਉਹਨੂੰ ਨਾਸਤਿਕਤਾ ਵਾਲਾ ਲੈ ਕੇ ਜਾ ਸਕਦੇ ਆ ਠੀਕ ਹੈ ਕੁਝ ਲੋਕ ਇਹ ਕਹਿ ਸਕਦੇ ਆ ਭਈ ਜੇ ਸਾਰੀਆਂ ਧਰਮਾਂ ਇਕੱਠੇ ਹੋ ਜਾਂਦੇ ਤਾਂ ਉਹ ਕਹਿੰਦੇ ਆ ਭਈ ਮਤਲਬ ਅਸੀਂ ਰੱਬ ਦੀ ਹੋਂਦ ਨੂੰ ਹੀ ਨਹੀਂ ਮੰਨਦੇ ਹੂੰ ਪਰ ਮੈਨੂੰ ਇੱਕ ਗੱਲ ਦੱਸੋ ਇੱਕ ਸੱਚਾ ਸਿੱਖ ਤੇ ਇੱਕ ਸੱਚਾ ਮੁਸਲਮਾਨ ਕੀ ਉਹ ਦੋਨੋਂ ਰੱਬ ਦੀ ਹੋਂਦ ਨੂੰ ਨਹੀਂ ਮੰਨਦੇ ਮੰਨਦੇ ਠੀਕ ਹੈ ਇੱਕ ਸੱਚਾ ਮੁਸਲਮਾਨ ਇੱਕ ਸੱਚਾ ਸਿੱਖ ਇੱਕ ਸੱਚਾ ਹਿੰਦੂ ਇੱਕ ਹਿੰਦੂ ਪੰਡਤ ਜੀ ਨਾਲ ਤੁਸੀਂ ਗੱਲ ਕਰ ਲੋ ਠੀਕ ਹੈ ਉਹਦੇ ਨਾਲ ਜਿਹੜੀ ਤੁਸੀਂ ਧਾਰਮਿਕ ਭਾਵਨਾਵਾਂ ਦੀ ਗੱਲ ਕਰੋਗੇ ਉਹ ਚ ਤੁਹਾਨੂੰ ਹਜ਼ਾਰਾਂ ਚੀਜ਼ਾਂ ਕਾਮਨ ਲੱਭ ਜਾਣਗੀਆਂ ਹਮ ਠੀਕ ਹੈ ਜੇ ਤੁਸੀਂ ਕਿਸੇ ਮੁਸਲਮਾਨ ਵੀਰ ਨਾਲ ਗੱਲ ਕਰੋਗੇ ਤਾਂ ਤੁਹਾਨੂੰ ਹਜ਼ਾਰਾਂ ਚੀਜ਼ਾਂ ਲੱਭ ਜਾਣਗੀਆਂ ਮਿਸਾਲ ਦੇ ਤੌਰ ਤੇ ਕਿ ਮੁਸਲਮਾਨ ਵੀਰ ਵੀ ਇੱਕੋ ਰੱਬ ਦੀ ਅਕਾਲ ਪੁਰਖ ਦੀ ਹੋਂਦ ਨੂੰ ਮੰਨਦੇ ਆ ਸੀ ਵੀ ਇੱਕੋ ਅਕਾਲ ਪੁਰਖ ਦੀ ਹੋਂਦ ਨੂੰ ਮੰਨਦੇ ਆ ਇਹ ਜਦੋਂ ਅਸੀਂ ਉਹਨਾਂ ਨਾਲ ਬੈਠਾਂਗੇ ਤਾਂ ਉਹ ਮੂਰਤੀ ਪੂਜਾ ਦਾ ਖੰਡਨ ਕਰਦੇ ਅਸੀਂ ਵੀ ਮੂਰਤੀ ਪੂਜਾ ਦਾ ਖੰਡਨ ਕਰਦੇ ਹੁਣ ਕਿੰਨੀਆਂ ਸਾਰੀਆਂ ਚੀਜ਼ਾਂ ਨੇ ਹਜ਼ਾਰਾਂ ਇਦਾਂ ਦੀਆਂ ਕਾਮਨ ਚੀਜ਼ਾਂ ਨੇ ਪਰ ਇਹਨਾਂ ਨੇ ਕੀ ਕੀਤਾ ਪਹਿਲਾਂ ਸਾਡੀ ਹਿਸਟੋਰੀਕਲ ਫੈਕਟਸੋਂ ਸਾਰੀਆਂ ਚੀਜ਼ਾਂ ਨੂੰ ਮਿਸ ਕੀਤਾ ਜਿਹਨੂੰ ਦੁਬਾਰਾ ਉਜਾਗਰ ਕਰਨ ਦੀ ਲੋੜ ਹੈ ਜਿੱਦਾਂ ਕਿ ਭਈ ਗੁਰੂ ਨਾਨਕ ਸਾਹਿਬ ਦੇ ਨਾਲ ਸਭ ਤੋਂ ਵੱਧ ਟਾਈਮ ਕਿਹਨੇ ਦਿੱਤਾ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਭਈ ਮਰਦਾਨਾ ਨੇ ਫੇਰ ਯਾਰ ਅਸੀਂ ਕਿੰਨਾ ਖੁਸ਼ਕਿਸਮਤੀ ਹੈ ਉਸ ਭਾਈ ਮਰਦਾਨਾ ਜੀ ਦੀ ਕਿ ਜਿਨ੍ਹਾਂ ਨੇ ਆਪਦੀ ਲਾਈਫ ਦਾ ਸਭ ਤੋਂ ਵੱਡਾ ਟਾਈਮ ਗੁਰੂ ਨਾਨਕ ਸਾਹਿਬ ਨਾਲ ਬਤਾਉਂਦੇ ਅੱਜ ਤੁਸੀਂ ਤੇ ਮੈਂ ਅਸੀਂ ਸਿੱਖ ਪਰਿਵਾਰ 'ਚ ਜਨਮ ਲੈਨੇ ਆ ਸਾਡੇ ਲਈ ਸਭ ਤੋਂ ਖੁਸ਼ੀ ਵਾਲਾ ਪਲ ਕੀ ਹੋਊਗਾ ਵੀ ਜਦੋਂ ਅਸੀਂ ਕਹਿੰਨੇ ਆ ਵੀ ਯਾਰ ਸਾਨੂੰ ਗੁਰੂ ਦੇ ਦ دیدار ਹੋ ਗਏ ਤੇ ਉਸ ਬੰਦੇ ਦੀ ਕਿਸਮਤ ਉਸ ਬੰਦੇ ਦੀ ਰੂਹ ਵੇਖੋ ਵੀ ਜਿਨੇ ساری ਜ਼ਿੰਦਗੀ ਗੁਰਨਾਨਕ ਸਾਹਿਬ ਨਾਲ ਬਿਤਾਤੀ ਪਰ ਫਿਰ ਮੈਂ ਵਾਪਸੀ ਉਸ ਕਹਾਣੀ ਤੇ ਆਉਣਾ ਕੀ ਗੁਰਨਾਨਕ ਸਾਹਿਬ ਨੇ ਉਹਨੂੰ ਇੱਕ ਵਾਰੀ ਵੀ ਕਿਹਾ ਵੀ ਤੂੰ ਸਿੱਖ ਬਣ ਜਾ ਜਾਂ ਤੂੰ ਮੇਰਾ ਸੇਵਕ ਬਣ ਜਾ ਈਵਨ ਉਹ ਫੌਤ ਹੋਏ ਨੇ ਫੌਤ ਵੀ ਮੁਸਲਮਾਨ ਹੋਏ ਨੇ ਯੈਸ ਜੀ ਇਹੀ ਕਹਾਣੀ ਹੈ ਇਹ ਕਹਾਣੀ ਨੂੰ ਸਮਝਣਾ ਪਊਗਾ ਪਰ ਇਹ ਕਹਾਣੀ ਪੜਾਈ ਨਹੀਂ ਜਾਂਦੀ ਹੂੰ ਇਹ ਹਿਸਟਰੀ ਦੇ ਵਿੱਚੋਂ ਮਿਸ ਹੈ ਇਹ ਤੁਸੀਂ ਖੋਖਣ ਦੀ ਲੋੜ ਹੈ ਤੁਹਾਨੂੰ ਸਮਝਣ ਦੀ ਲੋੜ ਹੈ ਕਿ ਜਿਹੜੇ ਕੁਝ ਬੰਦੇ ਨੇ ਜਿਨ੍ਹਾਂ ਨੂੰ ਆਪਸੀ 파ੜ ਪਾ ਕੇ ਜਿਨ੍ਹਾਂ ਦਾ ਰੋਟੀ ਪਾਣੀ ਚੱਲਦਾ ਹੈ ਜਿਨ੍ਹਾਂ ਦੇ ਕੋਈ ਸੈਲਫਿਸ਼ ਮੋਟਿਵਸ ਚੱਲਦੇ ਆ ਔਰ ਬਹੁਤ ਸਾਰੀਆਂ ਚੀਜ਼ਾਂ ਨੇ ਉਹਨਾਂ ਨੇ ਤੁਹਾਨੂੰ ਕਦੇ ਨਹੀਂ ਪੜਾਉਣੀਆਂ ਇੰਜ ਕਿ ਲਿਖ ਵਿਦਿਗ ਤਾਂਚੇ ਦੇ ਵਿੱਚ ਵੀ ਇਹ ਕਮੀ ਰਹੀ ਹੈ ਕਿ ਇਹ ਗੱਲ ਸਾਹਮਣੇ ਨਹੀਂ ਰੱਖੀ ਗਈ ਬਹੁਤ ਵੱਡੀ ਸੈਲਫਿਸ਼ ਜਿਨ੍ਹਾਂ ਤੋਂ ਕਹਿ ਲੋ ਕਿ ਖੁਦ ਨੂੰ ਲੱਗਦਾ ਸੀ ਕੁਝ ਖੱਟਿਆ ਜਾਊਗਾ ਹਨਾ ਲਮੇਰੀ ਦੂਰੰਦੇਸ਼ੀ ਦੇ ਉਹਨਾਂ ਦੇ ਗੋਲ ਸੋਣਗੇ ਉਹਦੇ ਕਰਕੇ ਉਹ ਜਿਹੜੇ ਉਹਨਾਂ ਦਿਨੇ ਉਹ ਤਾਂ ਉਹਨਾਂ ਨੇ ਚੀਜ਼ਾਂ ਸਾਡੇ ਸਾਹਮਣੇ ਰੱਖ ਦਿੱਤੀਆਂ ਲੇਕਿਨ ਇਹ ਗੱਲਾਂ ਸਾਡੇ ਸਾਹਮਣੇ ਨਹੀਂ ਆਉਣ ਦਿੱਤੀਆਂ ਹੋਰ ਐਗਜ਼ਾਮਪਲਸ ਹੋਰ ਐਗਜ਼ਾਮਪਲਸ ਬਹੁਤ ਸਾਰੀਆਂ ਨੇ ਜਿਹੜੀਆਂ ਹਿਸਟਰੀ ਚੋਂ ਮਿਸ ਕਰ ਦਿੱਤੇ ਆ ਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਟਾਈਮ ਮੋਤੀराम ਮਹਿਰਾ ਨਾ ਹੀ ਵੀਰੇ ਹਿਸਟਰੀ ਚੋਂ ਗਾਇਬ ਕਰ ਦਿੱਤਾ ਗਿਆ ਹੂੰ ਪੀਰ ਬੁੱਧੂ ਸ਼ਾਹ ਜੀ ਨਾ ਹੀ ਹਿਸਟਰੀ ਚੋਂ ਮਿਸ ਕਰਨ ਦੀ ਪੂਰਾ ਜੋਰ ਲੱਗਿਆ ਹੋਇਆ ਮੈਨੂੰ ਦੱਸੋ ਪੀਰ ਬੁੱਧੂ ਸ਼ਾਹ ਜੀ ਦਾ ਕੋਈ ਦਿਹਾੜਾ ਮਨਾਉਂਦੇ ਆਪਾਂ ਪੀਰ ਬੁੱਧੂ ਸ਼ਾਹ ਜੀ ਦੀ ਜਗ੍ਹਾ ਕਿੱਥੇ ਹੈ ਜਿੱਥੇ ਗੁਰਦੁਆਰਾ ਸਾਹਿਬ ਸੀਗਾ ਜਾਂ ਜਿੱਥੇ ਉਹਨਾਂ ਨਾਲ ਗੁਰੂ ਸਾਹਿਬ ਨਾਲ ਉਹਨਾਂ ਦਾ ਕੋਈ वार्तालाप ਹੋਈ ਕੋਈ ਇਹ ਡਿਵੈਲਪ ਕਰਾਇਆ ਇਹਨਾਂ ਨੇ ਕਿਸੇ ਨੇ ਨਿਕਰਾਇਆ ਇਹ ਵੀਰੇ ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਚਾਲਾਂ ਨੇ ਇਹ ਉਹਨਾਂ ਬੰਦਿਆਂ ਦੀਆਂ ਹੁੰਦੀਆਂ ਨੇ ਜਿਹੜੀਆਂ ਧਰਮਾਂ ਤੋਂ ਕੁਝ ਖੱਟਣਾ ਚਾਹੁੰਦੇ ਨੇ ਉਹ ਧਰਮ ਪਣਾਉਣਾ ਨਹੀਂ ਚਾਹੁੰਦੇ ਉਹ ਅਸਲੀ ਧਰਮ ਪਣਾਉਣਾ ਨਹੀਂ ਚਾਹੁੰਦੇ ਇਸ ਤੁਨੋਂ ਤੇ ਮੈਨੂੰ ਆਪਣੀ ਇੰਡੀਵਿਜੁਅਲ ਜ਼ਿੰਮੇਵਾਰੀ ਚੱਕਣੀ ਪਊਗੀ ਕਿ ਯਾਰ ਜਦੋਂ ਅਸੀਂ ਪੜਦੇ ਆ ਜਦੋਂ ਸਾਡੇ ਧਰਮ ਦੇ ਵਿੱਚ ਹੀ ਕਿਸੇ ਨਾਲ ਵਿਤਕਰਾ ਨਹੀਂ ਹੋਇਆ ਜਦੋਂ ਸਾਨੂੰ ਇੱਕ ਗੱਲ ਮਾਨਸਕੀ ਜਾਤ ਸਭੇ ਇੱਕੇ ਪਛਾਣ ਉਹ ਸਮਝਾਈ ਗਈ ਫਿਰ ਸਮਝਣਾ ਸਾਨੂੰ ਪਊਗਾ ਅਸੀਂ ਕਿਸੇ ਦੇ ਮਗਰ ਲੱਗ ਜੀ ਇਹ ਗੱਲ ਗਲਤ ਹੈ ਅਸੀਂ ਮਗਰ ਲੱਗਣਾ ਅਸੀਂ ਪੜਨਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਪੜਨਾ ਆਪਣੇ ਅਸਲ ਇਤਿਹਾਸ ਨੂੰ ਤੇ ਅਸਲ ਇਤਿਹਾਸ ਦੇ ਵਿੱਚ ਮਤਲਬ ਹਜ਼ਾਰਾਂ ਨਹੀਂ ਲੱਖਾਂ ਐਗਜ਼ਾਮਪਲਾਂ ਤੁਹਾਨੂੰ ਇਦਾਂ ਦੀਆਂ ਮਿਲ ਸਕਦੀਆਂ ਪੀਰ ਬੁੱਧੂ ਸਾਹਿਬ ਜੀ ਦੀ ਐਗਜ਼ਾਮਪਲ ਹੈ ਮੋਤੀराम ਮਹਿਰਾ ਜੀ ਦੀ ਐਗਜ਼ਾਮਪਲ ਹੈ ਉਸ ਤੋਂ ਬਾਅਦ ਭਾਈ ਮਰਦਾਨਾ ਜੀ ਦੀ ਐਗਜ਼ਾਮਪਲ ਹੈ ਕਿੰਨੀਆਂ ਐਗਜ਼ਾਮਪਲਸ ਨੇ ਸੇਕੀਆਂ ਦਾਸ ਕੋਈ ਮਦਦ ਕੀਤੀ ਹੈ ਉਹਦੇ ਉਹਦੇ ਲਈ ਦਵਾਈ ਭੇਜਦੇ ਨੇ ਗੁਰੂ ਸਾਹਿਬ ਆ ਇਵਨ ਅਸੀਂ ਜੰਗ ਇੱਕ ਜਿਹੜੀ ਆ ਇਹਨਾਂ ਦੇ ਨਾਲ ਮਿਲ ਕੇ ਲੜੀ ਹੈ ਯਾਰ ਇਸ ਤੋਂ ਵੱਡੀ ਵੀਰੇ ਐਗਜ਼ਾਮਪਲ ਕੀ ਹੋਊਗੀ ਸਾਡੇ ਗੁਰੂ ਸਹਿਬਾਨਾਂ ਨੇ ਇੱਕ ਧਰਮ ਦੀ ਰਾਖੀ ਲਈ ਆਪਣਾ ਆਪ ਕੁਰਬਾਨ ਕਰਤਾ ਬਹਾਦਰ ਸ਼ਾਹ ਦੇ ਨਾਲ ਸਮਝੌਤਾ ਕੀਤਾ ਜਾਂਦਾ ਠੀਕ ਹੈ ਨਾ ਗੁਰਤੇਗ ਬਹਾਦਰ ਸਾਹਿਬ ਦਾ ਹੁਣ ਮਤਲਬ ਆਰਿਸ਼ਤਾਬ ਦੀ ਤੇ ਕਿੰਨੇ ਕ ਜਾਣਿਆਂ ਨੂੰ ਪਤਾ ਵਾ ਮੈਂ ਤੇ ਗੱਲ ਇਹ ਗੱਲ ਕਹਿਣਾ ਹੁਣਾ ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਸਾਰੇ ਹਿੰਦੂ ਵੀਰਾਂ ਨੂੰ ਦਸੀਏ ਵੀ ਅਸਲ ਵਿੱਚ ਕਸ਼ਮੀਰੀ ਪੰਡਤਾਂ ਦੀ ਉਹ ਕਹਿ ਸਕਦੇ ਆ ਬੀਲੀਵ ਸਿਸਟਮ ਦੀ ਰਾਖੀ ਵਾਸਤੇ ਖਾਲੀ ਕਸ਼ਮੀਰੀ ਪੰਡਤਾਂ ਦੀ ਜਾਨ ਦੀ ਰਾਖੀ ਵਾਸਤੇ ਨਹੀਂ ਉਹਨਾਂ ਦੇ ਬਿਲੀਫ ਸਿਸਟਮ ਦੀ ਉਹਨਾਂ ਦੀ ਫੇਥ ਦੀ ਰਾਖੀ ਵਾਸਤੇ ਉਹਨਾਂ ਦੇ ਧਰਮ ਦੀ ਰਾਖੀ ਵਾਸਤੇ ਹੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹਾਦਤ ਹੋਈ। ਯਾਰ ਇਸ ਤੋਂ ਵੱਡਾ ਹੋਰ ਕੀ ਹੋ ਸਕਦਾ ਇਸ ਤੋਂ ਵੱਡੀ ਆਪਸੀ ਸਾਂਝ ਕੀ ਹੋ ਸਕਦੀ ਹੈ ਅਸੀਂ ਕਿਸੇ ਦੇ ਧਰਮ ਨੂੰ ਬਚਾਉਣ ਵਾਸਤੇ ਆਪਣਾ ਆਪਾ ਕੁਰਬਾਨ ਕਰਦੀ। ਮੈਨੂੰ ਲੱਗਦਾ ਕਿ ਅੱਛਾ ਅਗਲਾ ਵਾਰਾ ਜਿਹੜਾ ਆ ਇੰਟਰਨੈਸ਼ਨਲ ਈਅਰ ਆਫ ਫੇਥ ਐਂਡ ਪੀਸ ਹੈ ਯੂਨਾਈਟਿਡ ਨੇਸ਼ਨ ਦਾ ਤੇ ਮੈਨੂੰ ਲੱਗਦਾ ਖਾਸ ਕਰਕੇ ਸਿੱਖ ਸੰਸਥਾਵਾਂ ਨੂੰ ਸਾਡੀਆਂ ਜਿਹੜੀਆਂ ਸਰਮਾਰ ਸੰਸਥਾਵਾਂ ਨੇ ਉਹਨਾਂ ਦੀ ਵੱਡੇ ਪੱਧਰ ਤੇ ਜ਼ਿੰਮੇਵਾਰੀ ਬਣਦੀ ਹੈ। ਖਾਸ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਜਿਹੜਾ ਉਥੇ ਪ੍ਰੋਜੈਕਟ ਕਰਨ ਦੀ ਉਸ ਤਰੀਕੇ ਦੇ ਨਾਲ ਕਿ ਫੇਥ ਦੇ ਲਈ ਜਿਹੜਾ ਆ ਪਹਿਲੀ ਛੀ ਵੱਡੀ ਮਿਸਾਲ ਆ ਕਿ ਜੀ ਵੱਡੀ ਮਿਸਾਲ ਆ ਵੀਰੇ ਇੰਟਰਫੇਥ ਦੀ ਮੈਨੂੰ ਲੱਗਦਾ ਮੈਂ ਜਦੋਂ ਕੋਈ ਵੀ ਇੰਟਰਫੇਥ ਤੇ ਡਾਇਲੌਗ ਦੀ ਕਿਸੇ ਨਾਲ ਗੱਲ ਕਰਦਾ ਹੁੰਦਾ ਨਾ ਤੇ ਇੱਕ ਗੁਰੂ ਨਾਨਕ ਸਾਹਿਬ ਦੀ ਐਗਜ਼ਾਮਪਲ ਤੇ ਗੁਰਤੇਗ ਬਹਾਦਰ ਮਹਾਰਾਜ ਜੀ ਦੀ ਐਗਜ਼ਾਮਪਲ ਇਸ ਤੋਂ ਓਕੇ ਤੁਰੇ ਨਹੀਂ ਜਾਂਦਾ ਆਪਣੇ ਤੋਂ ਜੀ ਕਿਉਂਕਿ ਇਸ ਤੋਂ ਵੱਡੇ ਐਗਜ਼ਾਮਪਲ ਕੀ ਹੋਗੇ ਅੱਜ ਤੁਸੀਂ ਆਪਣੇ ਗਵਾਂਢੀ ਦੀ ਇੱਕ ਵਾਰ ਮਦਦ ਕਰ ਦਿਓ ਜੀ ਠੀਕ ਹੈ ਉਹ ਚਾਹੋ ਮੰਨ ਲਓ ਕਿਸੇ ਵੀ ਫੇਥ ਦਾ ਹੋਵੇ ਉਹ ਭਾਵੇਂ ਸਿੱਖ ਹੀ ਹੋਵੇ ਭਾਵੇਂ Hindu ਹੀ ਹੋਵੇ ਉਹ ساری ਜ਼ਿੰਦਗੀ ਤੁਹਾਡਾ ਕਰਜ਼ਵਾਨ ਰਹਿੰਦਾ ਤੇ ਅਸੀਂ ਕੀ Hindu ਨੂੰ ਦੱਸ ਸਕਿਆ ਨਹੀਂ ਦੱਸ ਸਕੀ ਸਰ ਅਸੀਂ ਆਪਣੇ ਆਪ ਨੂੰ ਨਹੀਂ ਦੱਸ ਸਕੇ ਜੀ ਅਸੀਂ ਆਪਣੇ ਅਸੀਂ ਅੱਜ ਮੰਨਦੇ ਆਂ ਵੀ ਹਿੰਦੂ ਸਾਡੇ ਦੁਸ਼ਮਣ ਨੇ ਵੀਰੇ ਉਹ ਹਿੰਦੂ ਸਾਡੇ ਦੁਸ਼ਮਣ ਨਹੀਂ ਆ ਉਹ ਕੁਝ ਲੋਕ ਨੇ ਜਿਹੜੇ ਧਾਰਮਿਕ ਨਹੀਂ ਆ ਉਹ ਸਾਡੇ ਦੁਸ਼ਮਣ ਨੇ ਮੜੇ ਬੰਦੇ ਹਰ ਇੱਕ ਸਿਸਟਮ ਦੇ ਵਿੱਚ ਹੋ ਸਕਦੇ ਨੇ ਹਰ ਇੱਕ ਸਟੇਟ ਹੋਉਂਦੀ ਹੈ ਸਿੱਖ ਨੇ ਚਾਹੇ ਜੂਸ ਨੇ ਚਾਹੇ ਬੁੱਧਿਸਟ ਨੇ ਸੋ ਕਿਸੇ ਵੀ ਧਰਮ ਦੇ ਵਿੱਚ ਹੋ ਸਕਦੇ ਨੇ ਮੇਰੀ ਇੱਕ ਬਹੁਤ ਕਾਮਨ ਟੈਗ ਲਾਈਨ ਆ ਕਿ ਜਿਹੜਾ ਧਰਮੀ ਆ ਨਾ ਹਾਂ ਹੈਨਾ ਉਹ ਕਦੇ ਗੰਦਾ ਨਹੀਂ ਹੁੰਦਾ ਤੇ ਜਿਹੜਾ ਗੰਦਾ ਹੁੰਦਾ ਉਹ ਕਦੇ ਧਰਮੀ ਨਹੀਂ ਹੁੰਦਾ ਜੀ ਜਿਹੜਾ ਅਤਵਾਦੀ ਆ ਉਹਦਾ ਕੋਈ ਧਰਮ ਨਹੀਂ ਆ ਉਹ ਅਤਵਾਦੀ ਹੈ ਜੀ ਜਿਹੜਾ ਮਨੁੱਖਤਾਵਾਦੀ ਨਹੀਂ ਹੈ ਉਹ ਅਤਵਾਦੀ ਹੈ ਤੇ ਜਿਹੜਾ ਮਨੁੱਖਤਾਵਾਦੀ ਉਹ ਹਰ ਕਿਸੇ ਨਾ ਕਿਸੇ ਧਰਮ ਦੇ ਵਿੱਚ ਹੋ ਸਕਦਾ ਸੋ ਇਹਨੂੰ ਧਰਮਾਂ ਤੋਂ ਅੱਡ ਕਰਕੇ ਵੇਖਿਆ ਜਾਵੇ ਜੀ ਜਦੋਂ ਕਿਸੇ ਸਿੱਖ ਦੀ ਤੇ ਹਿੰਦੂ ਦੀ ਲੜਾਈ ਹੁੰਦੀ ਹੈ ਤੇ ਜੇ ਉਹਦੇ ਚੋਂ ਕੋਈ ਮਨੁੱਖਤਾਵਾਦੀ ਸਟੈਪ ਲੈਂਦਾ ਵਾ ਤੇ ਉਹ ਸਿੱਖ ਜਾਂ ਹਿੰਦੂ ਨਹੀਂ ਆ ਉਹ ਆਮ ਇਨਸਾਨ ਨੇ ਜੀ ਕਿਉਂਕਿ ਨਾ ਹਿੰਦੂਆਂ ਨੂੰ ਕਿਹਾ ਗਿਆ ਆਪਸ ਚ ਲੜਨ ਲਈ ਤੇ ਨਾ ਸਿੱਖਾਂ ਨੂੰ ਕਿਹਾ ਗਿਆ ਤੇ ਨਾ ਮੁਸਲਮਾਨਾਂ ਨੂੰ ਕਿਹਾ ਗਿਆ ਫਿਰ ਏਦਾਂ ਮਤਲਬ ਉਹਨੇ ਧਰਮ ਪੜਿਆ ਹੀ ਨਹੀਂ ਤੇ ਜੇ ਉਹਨੇ ਧਰਮ ਨਹੀਂ ਪੜਿਆ ਤਾਂ ਧਰਮ ਬਿਲਕੁਲ ਝਗੜੇ ਦੀ ਗੱਲ ਤੇ ਕੀਤੀ ਨਹੀਂ ਹੈ ਕਿਤੇ ਵੀ ਗੁਰੂ ਸਾਹਿਬ ਗੱਲ ਕਰਦੇ ਨੇ ਕਿ ਸਭ ਕੋ ਮੀਤ ਹਮ ਆਪਣੇ ਕਿਦਾਂ ਹਮ ਸਭਨਾ ਕੇ ਸਰਣੀਏ ਸਭੇ ਸੰਜੀਵਾਲ ਸਦਾਇਨ ਬਥੇਰੀਆਂ ਐਗਜ਼ੈਪਲਸ ਸਾਨੂੰ ਬਾਣੀ ਚੋਂ ਮਿਲ ਜਾਂਦੀਆਂ ਨੇ ਜਦੋਂ ਗੁਰੂ ਪਾਤਸ਼ਾਹ ਨੂੰ ਪੁੱਛਿਆ ਜਾਂਦਾ ਕਿ ਚੰਗਾ ਕਿਹੜਾ ਆ ਤੋ ਕਹਿੰਦੇ ਕਿ ਸਾਰੇ ਚੰਗੇ ਸਾਰੇ ਚੰਗੇ ਨੇ ਜਦੋਂ ਵੀ ਦੇ ਜਿਹੜੀ ਕਰਨਾ ਤੋਂ ਪਿੱਛੋਂ ਦੀ ਜੀ ਗੱਲ ਕਰਦੇ ਆ ਸੋ ਗੁਰਸਾਹਿਬ ਆਪਾਂ ਗੱਲਬਾਤ ਜਾਰੀ ਰੱਖਾਂਗੇ ਸਾਡਾ ਇੱਕ ਬ੍ਰੇਕ ਦਾ ਸਮਾਂ ਜਿਹੜਾ ਹੋ ਗਿਆ ਪ੍ਰੋਗਰਾਮ ਦੇ ਵਿੱਚ ਬ੍ਰੇਕ ਤੋਂ ਬਾਅਦ ਦੋਸਤੋ ਤੁਸੀਂ ਸਾਡੇ ਨਾਲ ਬਨੇ ਰਹੋ ਜਲਦੀ ਮਿਲਦੇ ਹਾਂ ਜੀ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ ਜੀ ਸਾਡੇ ਨਾਲ ਬਨੇ ਹੋਏ ਨੇ ਇੰਟਰਫੇਥ ਡਾਇਲੌਗ ਪੰਜਾਬ ਦੇ ਕਨਵੀਨਰ ਗੁਰਸਾਹਿਬ ਸਿੰਘ ਜੀ ਅਸੀਂ ਗੱਲਬਾਤ ਕਰ ਰਹੇ ਹਾਂ ਇਸ ਪ੍ਰੋਗਰਾਮ ਅਸੀਂ ਤੇ ਸਾਡਾ ਸਮਾਜ ਦੇ ਵਿੱਚ ਹੁਣ ਤੱਕ ਅਸੀਂ ਗੱਲ ਕਰ ਚੁੱਕੇ ਹਾਂ ਕਿ ਪੰਜਾਬ ਦੇ ਵਿੱਚ ਲੋੜ ਕਿਉਂ ਮਹਿਸੂਸ ਕੀਤੀ ਗਈ ਅੱਗੇ ਅਸੀਂ ਗੱਲਬਾਤ ਕਰਦੇ ਹਾਂ ਹੁਣ ਤੱਕ ਜੋ ਇਹ ਕਰ ਚੁੱਕੇ ਨੇ ਪਹਿਲੀ ਇੰਟਰਫੇਥ ਡਾਇਲੌਗ ਪਿਛਲੇ ਸਾਲ ਲੁਧਿਆਣਾ ਦੇ ਵਿੱਚ ਹੋਈ ਸੀ ਜਿਦੇ ਵਿੱਚ ਅਲੱਗ-ਅਲੱਗ ਧਰਮਾਂ ਦੇ ਰਿਪ੍ਰੈਜ਼ੈਂਟੇਟਿਵ ਪਹੁੰਚੇ ਸੀਗੇ ਚਾਹੇ ਜੂਸ ਧਰਮ ਦੇ ਰਿਪ੍ਰੈਜ਼ੈਂਟੇਟਿਵ ਨੇ ਬੁੱਧ ਧਰਮ ਦੇ ਸਿੱਖਾਂ ਦੇ ਜਾਂ ਹਿੰਦੂਸ ਦੇ ਜਾਂ ਮੁਸਲਮਾਨਾਂ ਦੇ ਜੀ ਡਿਟੇਲ ਦੇ ਵਿੱਚ ਇਹਨਾਂ ਤੋਂ ਪੁੱਛਦੇ ਹਾਂ ਕੌਣ ਆਏ ਸੀ ਔਰ ਕਿਸ ਤਰੀਕੇ ਦੇ ਨਾਲ ਪਲਾਨ ਆਊਟ ਹੋਈ ਕੀ ਹੋਇਆ ਉਸ ਤੋਂ ਬਾਅਦ ਅਗਲੀ ਗੱਲ ਕਰਾਂਗੇ ਕਿ ਉਹਦੀਆਂ ਆਊਟਪੁੱਟਸ ਕੀ ਦੇਖਦੇ ਨੇ ਜੀ ਦਸੋ ਜੀ ਅਸਲ ਵਿੱਚ ਜਿੱਥੋਂ ਗੱਲ ਸਟਾਰਟ ਹੋਈ ਮੈਂ ਤੁਹਾਨੂੰ ਬਿਲਕੁਲ ਸਟਾਰਟਿੰਗ ਤੋਂ ਦੱਸਣਾ ਚਾਹੁੰਦਾ ਕਿ ਜਦੋਂ ਅਸੀਂ ਗੁਰਨਾਨਕ ਸਾਹਿਬ ਦਾ 550 ਸਾਲਾ ਮਨਾ ਰਹੇ ਸੀ ਸਾਰੀ ਦੁਨੀਆ ਮਨਾ ਰਹੀ ਸੀ ਤੇ ਹਰ ਬੰਦੇ ਨੇ ਸੋਚਿਆ ਵੀ ਯਾਰ ਅਸੀਂ ਗੁਰਨਾਨਕ ਸਾਹਿਬ ਦਾ 500 ਸਾਲਾ ਇਦਾਂ ਮਨਾਵਾਂਗੇ 550 ਸਾਲਾ ਜਿਹੜਾ ਅਸੀਂ ਇਦਾਂ ਮਨਾਵਾਂਗੇ ਇਦਾਂ ਮਨਾ ਤੇ ਜਦੋਂ ਮੈਂ ਆਪਦੇ ਘਰੇ ਬੈਠਾ ਸੋਚ ਰਿਹਾ ਸੀਗਾ ਕਿ ਕਿੱਦਾਂ ਮਨਾਉਣਾ ਚਾਹੀਦਾ ਤਾਂ ਮੇਰੇ ਮਾਈਂਡ 'ਚ ਇੱਕ ਗੱਲ ਆਈ ਕਿ ਜਦੋਂ ਅਸੀਂ ਕਿਸੇ ਦਾ ਜਨਮ ਦਿਹਾੜਾ ਮਨਾਉਨੇ ਆ ਜਾਂ ਜਦੋਂ ਅਸੀਂ ਕਿਸੇ ਦਾ ਕੋਈ ਸਪੈਸ਼ਲ ਡੇ ਮਨਾਉਨੇ ਆ ਅਸੀਂ ਦੇਖਦੇ ਆਂ ਵੀ ਉਹਨੂੰ ਕਿਸ ਚੀਜ਼ ਨਾਲ ਖੁਸ਼ੀ ਮਿਲੂਗੀ ਫਾਰ ਐਗਜ਼ਾਮਪਲ ਮੈਂ ਅੱਜ ਤੁਹਾਡਾ ਬਰਥਡੇ ਤੇ ਆਉਣਾ ਵਾ ਤੇ ਮੈਂ ਜਦੋਂ ਤੁਹਾਡੇ ਲਈ ਗਿਫਟ ਲੈ ਕੇ ਆਉਣਾ ਤਾਂ ਮੈਂ ਦੇਖਾਂਗਾ ਕਿਹੜੀ ਚੀਜ਼ ਤੁਹਾਡੇ ਲਈ ਯੂਸਫੁਲ ਆ ਉਹ ਤੁਹਾਡੇ ਲਈ ਲੈ ਕੇ ਆਉਂਗਾ ਜਦੋਂ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ 550 ਸਾਲਾ ਮਨਾਉਣਾ ਵਾ ਤਾਂ ਇਹ ਵੇਖਣਾ ਮੈਂ ਕਿ ਉਹਨਾਂ ਦਾ ਸਟਾਈਲ ਕੀ ਸੀ ਜਦੋਂ ਉਹਨਾਂ ਦੇ ਸਟਾਈਲ ਤੇ ਗੱਲ ਆਈ ਤੇ ਫਿਰ ਵੇਖਿਆ ਯਾਰ ਇੱਕ ਬਹੁਤ ਵੱਡੀ ਚੀਜ਼ ਮਿਸ ਹੋ ਗਈ ਕਿ ਗੁਰੂ ਨਾਨਕ ਸਾਹਿਬ ਨੇ ਭਾਈ ਮਰਦਾਨਾ ਜੀ ਨਾਲ ਜਿਹੜਾ ਵਾਰਤਾ ਲੱਭ ਕੀਤੀ ਜਿਹੜਾ ਸਾਰਾ ਟਾਈਮ ਨਾਲ ਰਹੇ ਫਿਰ ਉਸ ਤੋਂ ਬਾਅਦ ਬਾਕੀ ਸਾਰੇ ਧਰਮਾਂ ਨਾਲ ਜੋ ਉਹਨਾਂ ਦਾ ਪਿਆਰ ਦੀ ਸਾਂਝਾ ਰਹੀਆਂ ਜੀ ਦੇ ਵਿੱਚੋਂ ਨਿਕਲ ਕੇ ਕੀ ਆਇਆ ਰੱਬ ਦੀ ਭਗਤੀ ਸਾਰੇ ਧਰਮਾਂ ਨਾਲ ਗੱਲ ਕਿਸ ਗੱਲ ਤੇ ਹੋ ਰਹੀ ਸੀ ਜੇ ਮੰਨ ਲਓ ਸਿੱਧਾ ਨਾਲ ਗੱਲ ਕੀਤੀ ਜੇ ਮੰਨ ਲਓ ਪੰਡਤਾਂ ਨਾਲ ਗੱਲ ਕੀਤੀ ਜੇ ਮੰਨ ਲਓ ਕਿਤੇ ਮੱਕੇ ਮਦੀਨੇ ਜਾ ਕੇ ਗੱਲ ਹੋਈ ਸਾਰੇ ਕਿਤੇ ਗੱਲ ਕਿੰਨਾ ਨਾ ਹੋਈ ਪੀਰ پیغمبرਾਂ ਨਾਲ ਗੱਲ ਹੋਈ ਗੱਲ ਕਾਦੇ ਤੇ ਹੋਈ ਰੱਬ ਨੂੰ ਪਾਉਣ ਦੇ ਤਰੀਕੇ ਤੇ ਇਹਦਾ ਮਤਲਬ ਸਾਨੂੰ ਸਮਝਣਾ ਪਊਗਾ ਕਿ ਜੇ ਉੱਥੋਂ ਫਿਰ ਮੇਰੇ ਗੱਲ ਮੇਰੇ ਦਿਮਾਗ 'ਚ ਆਈ ਕਿ ਕਿਉਂ ਨਾ ਗੁਰੂ ਨਾਨਕ ਸਾਹਿਬ ਦੇ ਸਟਾਈਲ 'ਚ ਹੀ ਉਹਨਾਂ ਦਾ ਗੁਰਪ੍ਰਮਾਣਾ ਆਇਆ ਜਾਵੇ ਸੋ ਉੱਥੇ ਕੀ ਕੀਤਾ ਵੀ ਸਾਰੇ ਧਰਮਾਂ ਦੇ ਲੋਕਾਂ ਨੂੰ ਇਕੱਠਾ ਕੀਤਾ ਗਿਆ ਫਿਰ ਜਦੋਂ ਹੌਲੀ ਹੌਲੀ ਗੱਲਬਾਤ ਚੱਲੀ ਤੇ ਪਤਾ ਲੱਗਿਆ ਯਾਰ ਬਹੁਤ ਸਾਰੇ ਧਰਮ ਗੁਰ ਨਾਨਕ ਸਾਹਿਬ ਨੂੰ ਕੋਈ ਪੀਰ ਕਹਿੰਦਾ ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਸਾਰੇ ਧਰਮਾਂ ਦੇ ਵਿੱਚ ਨਾਨਕ ਲਾਮਾ ਜੇ ਬੋਧੀਆਂ ਨਾਲ ਗੱਲ ਕੀਤੀ ਉਹ ਕਹਿੰਦੇ ਅੱਛਾ ਨਾਨਕ ਲਾਮਾ ਜੀ ਦਾ 550 ਸਾਲਾਂ ਅਸੀਂ ਜਰੂਰ ਆਵਾਂਗੇ ਜੇ ਮੁਸਲਮਾਨਾਂ ਨਾਲ ਗੱਲ ਕੀਤੀ ਅੱਛਾ ਗੁਰ ਨਾਨਕ ਸਾਹਿਬ ਪੀਰ ਦਾ ਉਹ ਕਹਿੰਦੇ ਤੁਸੀਂ ਮਨਾਓ ਨਾ ਮਨਾਓ ਅਸੀਂ ਜਰੂਰ ਮਨਾਵਾਂਗੇ ਜੀ ਠੀਕ ਹੈ ਫਿਰ ਉਹਨਾਂ ਨੇ ਵੀ ਸਾਡੇ ਨਾਲ ਮਤਲਬ ਕੀਤੀ ਕੰਟਰੀਬਿਊਸ਼ਨ ਦਿੱਤੀ ਠੀਕ ਹੈ ਇਦਾਂ ਕਰਕੇ ਹਿੰਦੂਆਂ ਨਾਲ ਜਦੋਂ ਗੱਲ ਹੋਈ ਉਹ ਵੀ ਕਹਿੰਦੇ ਜੀ ਬਿਲਕੁਲ ਇਹ ਤਾਂ ਬਹੁਤ ਵੱਡੀ ਗੱਲ ਹੈ ਕਿਉਂਕਿ ਉਹ ਤੇ ਮੰਨਦੇ ਹੀ ਹੈ ਨਾ ਕਿ ਗੁਰੂ ਨਾਨਕ ਸਾਹਿਬ ਇੱਕ ਬਹੁਤ ਵੱਡੇ ਸੰਤ ਫਕੀਰ ਸਨ ਫਿਰ ਉਹ ਜਦੋਂ ਗੁਰੂ ਨਾਨਕ ਸਾਹਿਬ ਦੇ ਨਾਮ ਦੇ ਉੱਪਰ ਇੰਟਰਫੇਥ ਦਾ ਡਾਇਲੌਗ ਦੀ ਇੱਕ ਗੱਲ ਚੱਲਣੀ ਸ਼ੁਰੂ ਹੋਈ ਤਾਂ ਸਾਰੇ ਧਰਮਾਂ ਨੇ ਇੰਨੀਆਂ ਪਿਆਰ ਦੀਆਂ ਗਲਵਕੜੀਆਂ ਪਾਈਆਂ ਤੇ ਉਹ ਦੇ ਵਿੱਚੋਂ ਹੀ ਜਿਹੜਾ ਲੁਧਿਆਣੇ ਦੇ ਵਿੱਚ ਇੱਕ ਇੰਟਰਫੇਥ ਡਾਇਲੌਗ ਨਿਕਲਿਆ ਹੁਣ ਉਹ ਇੰਟਰਫੇਥ ਡਾਇਲੌਗ ਦੇ ਵਿੱਚ ਕੀ ਸੀਗਾ ਸਿਰਫ ਇੰਨਾਕ ਨਹੀਂ ਸੀਗਾ ਵੀ ਧਰਮਾਂ ਦੇ ਬੰਦਿਆਂ ਨੂੰ ਬੁਲਾ ਕੇ ਤੇ ਇੱਕ ਇੱਕ ਲੈਕਚਰ ਕਰਾ ਕੇ ਤੇ ਕਹਾਣੀ ਕਰ ਤੂੰ ਨਾ ਲੋਕਾਂ ਨੂੰ ਇਹ ਸਮਝਾਇਆ ਗਿਆ ਕਿ ਦੇਖੋ ਜਦੋਂ ਸਾਰੇ ਧਰਮਾਂ ਦੇ ਲੋਕ ਆਪਣੇ ਧਰਮ ਦੇ ਵਿੱਚ ਰਹਿੰਦੇ ਹੋਏ ਦੂਜੇ ਧਰਮਾਂ ਦਾ ਸਤਿਕਾਰ ਕਰਦੇ ਨੇ ਤੇ ਤੁਹਾਡੀ ਵੀ ਓਨੀ ਜ਼ਿੰਮੇਵਾਰੀ ਬਣਦੀ ਹੈ ਤੁਹਾਡੀ ਸਗੋਂ ਵੱਧ ਜ਼ਿੰਮੇਵਾਰੀ ਬਣਦੀ ਕਿਉਂਕਿ ਗੁਰੂ ਨਾਨਕ ਸਾਹਿਬ ਨੇ ਤੁਹਾਨੂੰ ਕਿਹਾ ਵੀ ਆਪਣਾ ਧਰਮ ਅਪਣਾਉਣਾ ਆਪਣੇ ਧਰਮ 'ਚ ਪੱਕੇ ਰਹਿਣਾ ਤੇ ਉਸ ਤੋਂ ਬਾਅਦ ਦੂਜੇ ਧਰਮ ਦਾ ਸਤਿਕਾਰ ਕਰ ਠੀਕ ਹੈ ਇਹ ਗੱਲ ਉਸ ਸਟੇਜ ਤੋਂ ਹਰ ਬੰਦੇ ਨੇ ਕਹੀ ਜੇ ਕੋਈ ਮੁਸਲਮਾਨ ਵੀ ਆਇਆ ਤਾਂ ਉਹਨੇ ਇਹ ਗੱਲ ਕਿਹਾ ਵੀ ਮੈਂ ਪੱਕਾ ਮੁਸਲਮਾਨ ਹਣਾ ਪਰ ਮੈਂ ਬਹੁਤ ਇੱਜ਼ਤ ਕਰਦਾ ਐਜ਼ ਅ ਪੀਰ ਫਕੀਰ ਗੁਰੂ ਨਾਨਕ ਸਾਹਿਬ ਦੀ ਜੇ ਕੋਈ ਜਿਊ ਆਇਆ ਤਾਂ ਉਹਨੇ ਇਹ ਗੱਲ ਕਹੀ ਵੀ ਹਾਂਜੀ ਵੀ ਅਸੀਂ ਬਹੁਤ ਪੱਕੇ ਧਰਮੀ ਆ ਆਪਣੇ ਧਰਮ ਦੇ ਪਰ ਸਾਨੂੰ ਇੱਕ ਪਤਾ ਹੈ ਕਿ ਦੁਨੀਆ 'ਚ ਇੱਕ ਪੀਰ ਪੈਗੰਬਰ ਆਏ ਜਿਨ੍ਹਾਂ ਨੇ ਦੁਨੀਆ ਨੂੰ ਇੱਕ ਵੱਖਰੀ ਡਾਇਰੈਕਸ਼ਨ ਦਿੱਤੀ ਜਿਨ੍ਹਾਂ ਨੇ ਦੁਨੀਆ ਨੂੰ ਇੱਕ ਜੀਉਣ ਦਾ ਵੱਖਰਾ ਨਜ਼ਰੀਆ ਦਿੱਤਾ ਸੋ ਜਿਹੜੇ ਪੀਰ پیغمبرਾਂ ਦੀ ਜਿਹੜੀ ਗੱਲ ਹੈ ਹਨ ਆ ਸਾਡੇ ਲਈ ਉਹ ਗੁਰੂ ਨੇ ਲੋਕਾਂ ਦੀ ਮਤਲਬ ਵੱਖ-ਵੱਖ ਧਰਮਾਂ ਨੇ ਉਹਨਾਂ ਨੂੰ ਵੱਖ-ਵੱਖ ਨਾਮ ਦਿੱਤੇ ਸੋ ਸਾਰੀਆਂ ਚੀਜ਼ਾਂ ਨੂੰ ਜਦੋਂ ਲੋਕਾਂ ਨੇ ਸਮਝਿਆ ਤੇ ਫਿਰ ਇੱਕ ਗੱਲ ਸਮਝ ਆਈ ਵੀ ਨਹੀਂ ਯਾਰ ਸਾਰੇ ਧਰਮ ਆਪਸ ਵਿੱਚ ਮਿਲ ਜੁਲ ਕੇ ਰਹਿਣਾ ਸਿਖਾਉਂਦੇ ਹ ਕੋਈ ਵੀ ਲੜਨਾ ਨਹੀਂ ਸਿਖਾਉਂਦੇ ਇੱਕ ਗੱਲ ਸਭ ਤੋਂ ਪਹਿਲੀ ਇਹ ਸੀਗੀ ਕਿ ਆਮ ਲੋਕਾਂ 'ਚ ਹੁਣ ਤੱਕ ਇਹ ਗੱਲ ਨਹੀਂ ਸੀ ਚੱਲੀ ਜਦੋਂ ਇਹ ਗੱਲ ਚੱਲੀ ਤਾਂ ਕਾਫੀ ਲੋਕਾਂ ਨੇ ਇਸ ਚੀਜ਼ ਨੂੰ ਪੋਜ਼ਿਟਿਵ ਲਿਆ ਤੇ ਜਿੱਤੇ ਤੱਕ ਫੈਥ ਲੀਡਰਸ ਦੀ ਗੱਲ ਕਰਾਂ ਤਾਂ ਉਹਨਾਂ ਨੂੰ ਇੰਨਾ ਚਾ ਚੜ ਗਿਆ ਉਹ ਕਹਿੰਦੇ ਵੀ ਤੁਸੀਂ ਹਰ ਸਟੇਟ 'ਚ ਹਰ ਡਿਸਟ੍ਰਿਕਟ 'ਚ ਹਰ ਦੁਨੀਆ ਦੇ ਹਿੱਸੇ 'ਚ ਕਰਨਾ ਸ਼ੁਰੂ ਕਰੋ ਠੀਕ ਹੈ ਨਾ ਕਿਉਂਕਿ ਇੱਥੋਂ ਗੁਰੂ ਨਾਨਕ ਸਾਹਿਬ ਦੀ ਗੱਲ ਜੇ ਕਰੀਏ ਤਾਂ ਜੇ ਸਿੱਖੀਜ਼ਮ ਦੀ ਹੀ ਗੱਲ ਕਰੀਏ ਤਾਂ ਉਹ ਸਭ ਤੋਂ ਵੱਧ ਪੰਜਾਬ ਚੋਂ ਚਲਣੀ ਚਾਹੀਦੀ ਹੈ ਜੇ ਪੰਜਾਬ ਚੋਂ ਕੋਈ ਗੱਲ ਚੱਲਦੀ ਹੈ ਤਾਂ ਸਾਰੀ ਦੁਨੀਆ ਚ ਸਿੱਖਾਂ ਚ ਚੱਲਦੀ ਹੈ ਇਹ ਗੱਲ ਤਾਂ ਪੱਕੀ ਹੈ ਨਾ ਸੋ ਇੱਥੋਂ ਜਿਹੜੀ ਗੱਲ ਚੱਲੀ ਉਹਦਾ ਇੰਪੈਕਟ ਜ਼ਰੂਰ ਪਿਆ ਯੂਕੇ ਯੂਐਸ ਚ ਵੀ ਇੰਟਰਫੇਥ ਡਾਇਲੌਗਸ ਹੋਏ ਠੀਕ ਹੈ ਆਸਟ੍ਰੇਲੀਆ ਚ ਵੀ ਇੰਟਰਫੇਥ ਡਾਇਲੌਗਸ ਹੋਏ ਚਾਹੇ ਛੋਟੇ ਛੋਟੇ ਲੈਵਲ ਤੇ ਹੋਏ ਚਾਹੇ ਮੰਨ ਲਓ ਲੋਕਾਂ ਨੇ ਸਿਰਫ 50 50 100 100 ਦੇ ਕੱਟ ਚ ਕੀਤੇ ਪਰ ਬਹੁਤ ਇੱਥੇ ਜਿਹੜਾ ਲੁਧਿਆਣੇ ਹੋਇਆ ਇਹ ਬਹੁਤ ਵੱਡੇ ਲੈਵਲ ਦਾ ਸੀਗਾ ਇੱਥੇ 1200 ਦੀ ਗੈਦਰਿੰਗ ਸੀਗੀ ਫਿਰ ਸਾਰੇ ਫੇਥ ਲੀਡਰ ਸੀਗੇ ਵੱਖਰੇ ਵੱਖਰੇ ਦੇਸ਼ਾਂ ਤੋਂ ਆਏ ਜਿਊਜ਼ ਨਾਲ ਜਿਹੜਾ ਸਾਡਾ ਡਾਇਲੌਗ ਹੈ ਉਹ ਬਹੁਤ ਸਾਲਾਂ ਤੋਂ ਮੇਰੇ ਖਿਆਲ ਨਾਲ ਬੰਦ ਸੀ ਮੈਂ ਇਹਨੂੰ ਹਿਸਟਰੀ ਦੇ ਵਿੱਚ ਲੱਭਿਆ ਨਹੀਂ ਕਿ ਸਾਡਾ ਕਦੇ 1-on-1 ਕਿਤੇ ਰਿਕਾਰਡਡ ਹੋਵੇ ਜਿਊਜ਼ ਨਾਲ ਡਾਇਲੌਗ ਸੋ ਜਿਊਜ਼ ਨਾਲ ਸਾਡੀ ਵਾਰਤਾਲਾਪ ਇੱਥੋਂ ਸ਼ੁਰੂ ਹੋਈ ਹੁਣ ਜਿਊਜ਼ ਵੀ ਇਜ਼ਰਾਈਲ ਤੋਂ ਆਏ ਠੀਕ ਹੈ ਹੁਣ ਕਾਫੀ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਇਜ਼ਰਾਈਲ ਤੋਂ ਜਾਂ ਜੂਜ਼ ਤੋਂ ਸਿੱਖਣ ਨੂੰ ਮਿਲਦੀਆਂ ਨੇ ਬਈ ਉਹਨਾਂ ਨੇ ਆਪਦੀ ਕੌਮ ਨੂੰ ਕਿੱਦਾਂ ਜਿੰਦਾ ਰੱਖਿਆ ਉਹਨਾਂ ਨੇ ਆਪਦੀ ਕੌਮ ਨੂੰ ਕਿੱਦਾਂ ਕਿਹਾ ਵੀ ਪੜੋ ਜੀ ਵੱਤੋ ਵੱਤ ਪੜੋ ਜੀ ਠੀਕ ਹੈ ਉਹਨਾਂ ਨੇ ਕਿੱਦਾਂ ਕਿਹਾ ਵੀ ਦੁਨੀਆ ਦੀ ਹਰ ਟੌਪ ਮੋਸਟ ਸੀਟ ਤੇ ਜਾਓ ਜੀ ਠੀਕ ਹੈ ਨਾ ਸੋ ਉਹ ਸਾਰੀਆਂ ਚੀਜ਼ਾਂ ਨੇ ਫਿਰ ਮੁਸਲਮਾਨਾਂ ਨੇ ਤੁਹਾਨੂੰ ਦੱਸਿਆ ਵੀ ਯਾਰ ਉਹਨਾਂ ਦੀ ਰੁਟੀਨ ਦੀ ਜਿਹੜੀ ਕਿਰਤ ਹੈ ਜੀਨੂੰ ਬੀਇੰਗ ਅ ਸਿੱਖ ਤੁਸੀਂ ਕਹਿ ਲਓ ਬਈ ਨਿਤਨੇਮ ਦਾ ਨਾਮ ਦਿੰਨੇ ਹੋ ਪੰਜਾਬੀ ਚ ਹੈਨਾ ਉਹ ਦੱਸਿਆ ਵੀ ਯਾਰ ਜੋ ਮਰਜ਼ੀ ਹੋ ਜੇ ਜੇ ਉਹਨਾਂ ਨੇ ਨਮਾਜ਼ ਦਾ ਟਾਈਮ ਹੈ ਤਾਂ ਉਹਨਾਂ ਨੇ ਨਮਾਜ਼ ਅਦਾ ਕਰਨੀ ਕਰਨੀ ਹੈ ਸਾਡੇ ਆਂਗੂ ਨਹੀਂ ਭਾਈ ਅੱਜ ਮੈਂ ਬਿਮਾਰ ਆ ਜੀ ਅੱਜ ਮੈਂ ਨਿਤਨੇਮ ਨਹੀਂ ਕਰਨਾ ਸੋ ਇਹ ਵੱਖ-ਵੱਖ ਧਰਮਾਂ ਤੋਂ ਵੱਖ-ਵੱਖ ਚੀਜ਼ਾਂ ਤੁਹਾਨੂੰ ਸਿੱਖਣ ਨੂੰ ਮਿਲਣਗੀਆਂ ਬਿਲਕੁਲ ਉਹੀ ਗੱਲ ਜਿਹੜੀ ਤੁਸੀਂ ਕਰ ਰਹੇ ਹੋ ਕਿ ਜੇਕਰ ਦੂਜੇ ਨੂੰ ਸਮਝਾਂਗੇ ਤੇ ਤਾਂ ਹੀ ਸਮਝ ਪਾਵਾਂਗੇ ਕਿ ਸਾਡੀ ਅੱਗੇ ਦੀ ਰਣਨੀਤੀ ਕੀ ਹੋਣੀ ਚਾਹੀਦੀ ਹੈ ਸਾਡੇ ਨਾਲੋਂ ਤਕਰੀਬਨ 50 ਸਾਲ ਘੱਟ ਉਮਰ ਹੈ ਮੈਨੂੰ ਲੱਗਦਾ ਜੀ ਉਸ ਦੀ ਜੀ ਹਾਂ ਜਖਤ ਧਰਮ ਦੀ ਉਮਰ ਦੇਖੀਏ ਬਿਲਕੁਲ 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 ਲੇਕਿਨ ਸਾਡੇ ਨਾਲੋਂ ਖਾਸ ਕਰਕੇ ਪ੍ਰਾਪਤੀਆਂ ਦੇ ਖੇਤਰ ਦੇ ਵਿੱਚ ਕਿੰਨੇ ਕੋ ਅੱਗੇ ਨੇ ਸਾਨੂੰ ਸਭ ਨੂੰ کلیئر ਕਰਕੇ 100 ਤੋਂ ਉੱਪਰ ਨੋਬਲ ਪ੍ਰਾਈਜ਼ ਉਹਨਾਂ ਦੇ ਕੋਲ ਨੇ ਦੁਨੀਆ ਦੀ ਹਰ ਟੌਪ ਮੋਸਟ ਪੋਜੀਸ਼ਨ ਤੇ ਜਿਊਸ ਬੈਠੇ ਨੇ ਬਿਲਕੁਲ ਜੀ ਤੇ ਜਦੋਂ ਤੁਸੀਂ ਸਾਂਝੀ ਵਾਕਤਾ ਦੀ ਗੱਲ ਕਰਦੇ ਹੋ ਜੇਕਰ ਥੋੜਾ ਕੋਈ ਭ ਹੂੰ ਤਾਂ ਜੀ ਤਾਂ ਇੰਜ ਕਹਦੇ ਤਾਂ ਕਿ ਭਾਈ ਠੀਕ ਹੈ ਮੈਂ ਨਹੀਂ ਤੈਨੂੰ ਬੁਲਾਉਂਦਾ ਤੂੰ ਅੱਡ ਮੈਂ ਆਦਾ ਤਾਂ ਤਾਂ ਉੱਥੇ ਸਾਂਝ ਨਹੀਂ ਹੋ ਸਕਦੀ ਕਿ ਜੇਕਰ ਅਸੀਂ ਉਹਨੂੰ ਕਲਾਵੇ 'ਚ ਨਹੀਂ ਲਵਾਗੇ ਉਨੀ ਦੇਰ ਤੱਕ ਸਾਂਝ ਨਹੀਂ ਹੋ ਸਕਦੀ ਬਿਲਕੁਲ ਜੀ ਦੂਸਰੀ ਕਾਨਫਰੰਸ ਦੇ ਵਿੱਚ ਕੀ ਕੁਝ ਕਰਨ ਦਾ ਪਲਾਨ ਕਰ ਰਹੇ ਹੋ ਜਿਹੜੀ ਤੁਸੀਂ ਦੂਸਰੀ ਦੇਖੋ ਮੈਂ ਦੱਸਦਾ ਅਸਲ ਵਿੱਚ ਕੀ ਹੈ ਜੀ ਭਾਈ ਜਦੋਂ ਇੱਕ ਕਾਨਫਰੰਸ ਜਿਹੜੀ ਪਿਛਲੇ ਸਾਲ ਸ਼ਤਾਬਦੀ ਤੇ ਸਟਾਰਟ ਹੋਈ ਉਸ ਤੋਂ ਬਾਅਦ ਅਸੀਂ ਕੋਸ਼ਿਸ਼ ਕੀਤੀ ਕਿ ਜਦੋਂ ਤੱਕ ਆ ਲਾਕਡਾਊਨ ਨਹੀਂ ਲੱਗਿਆ ਮਾਰਚ ਤੱਕ ਉਹਦੇ ਦੌਰਾਨ 3-4 ਮਹੀਨੇ ਸੀ ਜਿਹਦੇ ਵਿੱਚ ਅਸੀਂ ਛੋਟੀਆਂ-ਛੋਟੀਆਂ ਜ਼ਰੂਰ ਇੰਟਰਫੇਸ ਕਾਨਫਰੰਸਿਸ ਕੀਤੀਆਂ ਮੰਨ ਲਓ ਫਾਰ ਇਗਜ਼ਾਮਪਲ ਫਗਵਾੜੇ ਕੀਤੀ ਠੀਕ ਹੈ ਉਸ ਤੋਂ ਬਾਅਦ ਅਸੀਂ ਇੱਕ ਜਮਸ਼ੇਦਪੁਰ ਟਾਟਾ ਚ ਕੀਤੀ ਏਦਾਂ ਕਰਕੇ ਵੀ ਜਿੱਥੇ-ਜਿੱਥੇ ਹੁਣ ਜਮਸ਼ੇਦਪੁਰ ਟਾਟਾ ਚ ਜਦੋਂ ਇੰਟਰਫੇਸ ਕਾਨਫਰੰਸ ਕੀਤੀ ਤਾਂ ਉੱਥੇ ਗੁਰਦੁਆਰਾ ਸਾਹਿਬ ਤੋਂ ਵਾਕਿੰਗ ਡਿਸਟੈਂਸ ਤੇ ਇੱਕ ਮਸਜਿਦ ਹੈ ਜਦੋਂ ਮਸਜਿਦ ਚ ਜਾ ਕੇ ਗੱਲ ਕੀਤੀ ਵੀ ਅਸੀਂ ਏਦਾਂ ਕਰਕੇ ਗੁਰੂ ਨਾਨਕ ਸਾਹਿਬ ਦੇ ਉੱਥੇ ਕਰਾਉਣਾ ਚਾਹੁੰਦੇ ਹਾਂ ਪਹਿਲਾਂ ਤਾਂ ਗੁਰਦੁਆਰਾ ਸਾਹਿਬ ਵਾਲਿਆਂ ਨੂੰ ਮਨਾਉਣਾ ਥੋੜਾ ਜੌਖਾ ਹੋਇਆ ਹਣ ਉਹਨਾਂ ਨੂੰ ਜਦੋਂ ਸਾਰਾ ਕਨਸੈਪਟ ਸਮਝਾਇਆ ਤੇ ਜਦੋਂ ਸਮਝ ਆ ਗਿਆ ਉਦੋਂ ਤੇ ਬਹੁਤ ਖੁਸ਼ ਹੋਏ ਜਦੋਂ ਪਹਿਲੀ ਵਾਰ ਗੱਲ ਚੱਲੀ ਉਦੋਂ ਕਹਿੰਦੇ ਨਹੀਂ ਜੀ ਵੀ ਸਾਡਾ ਤਾਂ ਮਤਲਬ ਇੱਥੇ ਵੀ ਜੇ ਮੁਸਲਮਾਨ ਮੈਜੋਰਟੀ ਚ ਨੇ ਇਹ ਤਾਂ ਸਾਨੂੰ ਕੁੱਟਦੇ ਆ ਦੇਖੋ ਸਾਰੀਆਂ ਚੀਜ਼ਾਂ ਨੈਗੇਟਿਵ ਹੋਣਗੀਆਂ ਪਰ ਮੈਨੂੰ ਇੱਕ ਗੱਲ ਦੱਸੋ ਵੀ ਜਦੋਂ ਅੱਜ ਪੰਜਾਬੀ ਚ ਇੱਕ ਬਹੁਤ ਵੱਡੀ ਕਹਾਵਤ ਹੈ ਕਿ ਜੇ ਕੋਈ ਦੋ ਰਿਸ਼ਤੇਦਾਰ ਆਪਸ ਚ ਲੜਲ ਪੜਨ ਨਾ ਤੇ ਉਹ ਅੱਖ ਦੀ ਸ਼ਰਮ ਕਰਕੇ ਇੱਕ ਦੂਜੇ ਦੇ ਹੱਥ ਨਹੀਂ ਚੱਕਦੇ ਤੇ ਜੇ ਦੋ ਕੋਈ ਅਣਜਾਣ ਬੰਦੇ ਆਪਸ ਚ ਲੜਲ ਪੜਨ ਤੋਂ ਇੱਕ ਦੂਜੇ ਦਾ ਸਿਰ ਵੀ ਪਾੜ ਸਕਦੇ ਇਹੀ ਗੱਲ ਹੈ ਯਾਰ ਜਦੋਂ ਤੁਸੀਂ ਨੈਗੇਟਿਵ ਚੀਜ਼ਾਂ ਨੂੰ ਵੇਖੀ ਜਾਓਗੇ ਹਨਾ ਹੁਣ ਮੰਨ ਲਓ ਤੁਹਾਡੀ ਉਹਨਾਂ ਨਾਲ ਕੋਈ ਸਾਂਝ ਹੀ ਨਹੀਂ ਹੈ ਠੀਕ ਹੈ ਤੁਹਾਡੀ ਉਹਨਾਂ ਨਾਲ ਲੜਾਈ ਹੋ ਗਈ ਤੇ ਦੋਵੇਂ ਪਾਸੇ ਕੋਈ ਸਾਂਝ ਨਹੀਂ ਹੈ ਤਾਂ ਉਹ ਆਪਸੀ ਰੰਜਿਸ਼ ਵਧੇਗੀ ਨਾ ਤੇ ਜਦੋਂ ਸਾਂਝ ਪੈ ਜਾਏਗੀ ਤੇ ਫਿਰ ਲੜਾਈ ਨਹੀਂ ਹੋਏਗੀ ਇਹਦੀ ਮੈਂ ਤੁਹਾਨੂੰ ਲਾਈਵ ਐਗਜ਼ਾਮਪਲ ਦੇ ਦਿੰਦਾ ਕਿ ਉਸ ਕਾਨਫਰੰਸ ਤੋਂ ਬਾਅਦ ਹਨਾ ਬਈ ਹੋਇਆ ਕਿ ਜਮਸ਼ੀਦਪੁਰ ਦੇ ਵਿੱਚ ਜਦੋਂ ਉਹਨਾਂ ਨੇ ਮੁਸਲਮਾਨ ਵੀਰਾਂ ਨੂੰ ਕਿਹਾ ਉੱਥੇ ਦੇ ਨਾਇਬ ਸ਼ਾਹੀ ਇਮਾਮ ਜੀ ਨੂੰ ਕਿਹਾ ਸ਼ਾਹੀ ਇਮਾਮ ਜੀ ਨੂੰ ਕਿਹਾ ਉਹ ਕਹਿੰਦੇ ਪੜੀ ਵਧੀਆ ਗੱਲ ਹੁਣ ਉਹ ਵੀ ਜਾਣਦੇ ਸੀ ਗੁਰੂ ਨਾਨਕ ਸਾਹਿਬ ਬਾਰੇ ਜੀ ਠੀਕ ਹੈ ਉਹ ਆ ਗਏ ਉਹਨਾਂ ਨੇ ਆ ਕੇ ਜਦੋਂ ਗੁਰਦੁਆਰੇ ਦੇ ਵਿੱਚ ਵੀਰੇ ਸਪੀਚ ਦਿੱਤੀ ਤਾਂ ਸਾਰੀ ਸਿੱਖ ਸੰਗਤ ਦੇ ਅੱਖਾਂ ਚ ਅਥਰੂ ਸੀ ਉਹ ਕਹਿੰਦੇ ਯਾਰ ਸਾਨੂੰ ਬੁਲਾਇਆ ਹੀ ਨਹੀਂ ਗਿਆ ਹੂੰ ਏ ਵੀਰੇ ਗਲਤੀ ਕੀਤੀ ਸਾਡੀ ਕੋਸ਼ਿਸ਼ ਹੀ ਨਹੀਂ ਕੀਤੀ ਹੈਨਾ ਘਰੇ ਬੈਠੀ ਸੋਚ ਲਿਆ ਨਾ ਵੀ ਯਾਰ ਉਹ ਤਾਂ ਮਤਲਬ ਉਹਨਾਂ ਨੂੰ ਲੜਨ ਜਾਵਾਂਗੇ ਜਾਂ ਫਲਾਣਾ ਜਾਂ ਕੁਝ ਵੀ ਘਰੇ ਬੈਠੀ ਇੱਕ ਸਟੋਰੀ ਜੀ ਘੜ ਲੈਣੇ ਆ ਘਰੇ ਬੈਠੀ ਅਸੀਂ ਇੱਕ ਪਰਸੈਪਸ਼ਨ ਜੀ ਬਣਾ ਲੈਣੇ ਆ ਹਨ ਇੱਕ ਆਪਣਾ ਮਾਈਂਡ ਸੈਟ ਕਰ ਲੈਣੇ ਆ ਵੀ ਨਹੀਂ ਜੀ ਇਦਾਂ ਕਿਉਂ ਹੋਊਗਾ ਕਿਉਂਕਿ ਉਹਨਾਂ ਨੂੰ ਲੋਕਲ ਸੰਗਤ ਨੂੰ ਵੀ ਪਹਿਲਾਂ ਸਮਝਾਉਣਾ ਪਏ ਸੋ ਇਸ ਕਰਕੇ ਸਾਨੂੰ ਪਹਿਲਾਂ ਆਪਣੇ ਘਰ ਨੂੰ ਸਮਝਾਉਣਾ ਪਊਗਾ ਗੁਰੂ ਨਾਨਕ ਸਾਹਿਬ ਦਾ ਮੈਸੇਜ ਫਿਰ ਬਾਕੀ ਧਰਮਾਲਿਆਂ ਨਾਲ ਗਲਵਕਣੀਆਂ ਪਾਣੀਆਂ ਪੈਣਗੀਆਂ ਤੀਜੀ ਗੱਲ ਇਹ ਇੰਨਾ ਸੌਖਾ ਨਹੀਂ ਹੈ ਵੀ ਜਿੱਦਾਂ ਤੁਸੀਂ ਕਹੋ ਵੀ ਕਿਸੇ ਦੇ ਵੀ ਧਰਮ ਨੂੰ ਗੱਲ ਤੁਹਾਨੂੰ ਉਹਨਾਂ ਦੇ ਅਕੀਦ ਦੇ ਉਹਨਾਂ ਦਾ ਲਿਵਿੰਗ ਸਟਾਈਲ ਉਹਨਾਂ ਦੇ ਹਾ ਪਾ ਸਾਰੀਆਂ ਚੀਜ਼ਾਂ ਹੌਲੀ 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 ਸਮਝ ਆਉਂਦੀਆਂ ਨੇ ਇੰਨਾ ਸੌਖਾ ਨਹੀਂ ਹੈ ਹੁਣ ਜੇ ਮੰਨ ਲਓ ਮੈਂ ਅੱਜ ਤੁਹਾਨੂੰ ਗੱਲ ਕਰਾਂ ਕਿ ਭਈ ਮੁਸਲਮਾਨ ਵੀਰ ਤਾਂ ਕਿਸੇ ਜੀ ਉਹਨੂੰ ਮੂਰਤੀ ਪੂਜਾ ਦਾ ਖੰਡਨ ਕਰਦੇ ਆ ਤੁਸੀਂ ਕਹੋਗੇ ਜੀ ਉਹ ਤਾਂ ਪੀਰਾਂ ਫਕੀਰਾਂ ਉਹਨਾਂ ਕਬਰਾਂ ਨੂੰ ਮੱਥੇ ਟੇਕਦੇ ਆ ਨਾ ਜੀ ਉਹ ਉਹ ਜਿਹੜਾ ਪੰਜਾਬ ਵਿੱਚ ਚੱਲਿਆ ਹੋਇਆ ਜਿਹੜਾ ਇੱਕ ਵੱਖਰਾ ਪੈਟਰਨ ਹੈ ਨਾ ਜਿੱਤੇ ਹਰੀਆਂ ਮਜ਼ਾਰਾਂ ਦੇ ਉੱਪਰ ਆ ਜਿਵੇਂ ਕਿੰਨੇ ਸਾਰੇ ਉਹ ਨੇ ਸੋ ਕਾਲਡ ਅਖੌਤੀ ਧਰਮ ਬਣੇ ਹੋਇਆ ਵੀਰੇ ਉਹ ਮੁਸਲਮਾਨਾਂ ਦਾ ਹਿੱਸਾ ਨਹੀਂ ਉਹ ਵੱਖਰਾ ਹੀ ਧਰਮ ਹੈ ਉਹ ਇੱਕ ਵੱਖਰੀ ਗੱਲ ਹੈ ਉਹਦਾ ਮੁਸਲਮਾਨ ਵੀਰਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਮੁਸਲਮਾਨ ਵੀਰ ਜਿੱਥੇ ਮਰਜ਼ੀ ਖੜਾ ਕੇ ਇਸ ਗੱਲ ਦਾ ਖੰਡਨ ਕਰਦੇ ਠੀਕ ਹੈ ਤੇ ਅਸੀਂ ਲੋਕ ਘਰੇ ਬੈਠੇ ਕੀ ਸੋਚਦੇ ਆ ਵੀ ਇਹ ਤੇ ਇਹ ਤੇ ਮੁਸਲਮਾਨ ਨੇ ਹਾਂ ਇਹੀ ਕਹਾਣੀ ਹੈ ਇਹ ਸਮਝਣਾ ਪਊਗਾ ਗਲਬਾਤ ਕੀਤੇ ਬਿਨਾ ਜਿਹੜੀ ਇੱਕ ਪਰਸੈਪਸ਼ਨ ਬਣਾ ਲੈਣੀ ਧਾਰਨਾ ਬਣਾ ਲੈਣੀ ਕਿ ਇਦਾਂ ਹੋਏਗਾ ਹਾਂ ਉਹਦੇ ਕਰਕੇ ਘਰ ਬੈਠੇ ਰਹਿਣਾ ਜਿਹੜਾ ਆ ਚੰਗਾ ਨਹੀਂ ਹੈ ਹਾਂ ਉਹ ਚੀਜ਼ ਆ ਆਉਟਪੁੱਟ ਕੀ ਦੇਖ ਰਹੇ ਹੋ ਹਾਲਾਂਕਿ ਤੁਸੀਂ ਦੱਸ ਵੀ ਚੁੱਕੇ ਹੋ ਜਿਸ ਤਰੀਕੇ ਦੇ ਨਾਲ ਤੁਸੀਂ ਹੁਣ ਜ਼ਿਕਰ ਕੀਤਾ ਕਿ ਗੁਰਦੁਆਰਾ ਸਾਹਿਬ ਦੀ ਜਿਹੜੀ ਜ਼ਮੀਨ ਸੀ ਬਸ ਜਦ ਦੇ ਅਥਾਰਟੀ ਦੇ ਵੱਲੋਂ ਦਿੱਤੀ ਗਈ ਇਸ ਤੋਂ ਇਲਾਵਾ ਲਮੇਰੇ ਸਮੇਂ ਦੇ ਵਿੱਚ ਤੁਸੀਂ ਇੰਟਰਫੇਅਰ ਡਾਇਲੌਗਸ ਦੀ ਆਉਟਪੁੱਟ ਕੀ ਦੇਖਦੇ ਹੋ ਵੀਰੇ ਮੈਂ ਇਸ ਗੱਲ ਨੂੰ ਇਦਾਂ ਦੇਖਦਾ ਦੇਖੋ ਕੋਈ ਵੀ ਜਿਹੜਾ ਸਿਸਟਮ ਆ ਨਾ ਜਿਹੜੀ ਕੋਈ ਕਹਿ ਲੋ ਲਹਿਰ ਇਹਨੂੰ ਮੈਂ ਕੈਂਪੇਨ ਕਹਿਣਾ ਹੁੰਦਾ ਕਿ ਇਹ ਇਹਦੇ ਚ ਇਦਾਂ ਨਹੀਂ ਆ ਵੀ ਅਸੀਂ ਇੱਕ ਕੋਈ ਟੀਚਾ ਮਿੱਥ ਲਿਆ ਵੇ ਇੰਟਰਫੇਸ ਦੇ ਉੱਪਰ ਅਸੀਂ ਇੱਕ ਟੀਚਾ ਮਿੱਥ ਲਿਆ ਜੀ ਆ ਸਾਡਾ ਟੀਚਾ ਪੂਰਾ ਹੋ ਗਿਆ ਤੇ ਕਹਾਣੀ ਖਤਮ ਨਾ ਇਹ ਤੇ ਸਾਰਿਆਂ ਨੂੰ ਪੜਾਉਣ ਦੀ ਇੱਕ ਅਵੇਅਰਨੈਸ ਕੈਂਪੇਨ ਆ ਸਾਰੇ ਧਰਮਾਂ ਨੂੰ ਆਪਸ ਚ ਰਹਿਣ ਲਈ ਉਹ ਸਾਰੀ ਕੈਂਪੇਨ ਆ ਉਹਦੇ ਵਿੱਚ ਕੀ ਆ ਆਉਟਪੁੱਟ ਮੈਂ ਇਦਾਂ ਦੇਖਦਾ ਮਾਂ ਕਿ ਮੈਨੂੰ ਐਟ ਲੀਸਟ ਲੱਗਦਾ ਕਿ ਮੇਰੇ ਜਿੰਦੇ ਜੀ ਅਗਲੇ 50 100 ਸਾਲਾਂ ਚ ਅਸੀਂ ਇਦਾਂ ਦਾ ਇੱਕ ਪੰਜਾਬ ਦਾ ਸਮਾਜ ਜਾਂ ਇਦਾਂ ਦਾ ਇੱਕ ਦੁਨੀਆ ਦਾ ਸਮਾਜ ਸਿਰਜ ਜੀਏ ਜਿੱਥੇ ਕੋਈ ਧਰਮਾਂ ਦੇ ਕਰਕੇ ਆਪਸ ਚ ਲੜੀ ਨਾ ਹੂੰ ਠੀਕ ਹੈ ਕਿਉਂਕਿ ਸਰਕਾਰਾਂ ਵੱਖ-ਵੱਖ ਕੈਲੋ ਬਈ ਜਿਹੜੇ ਰਾਸ਼ਟਰਵਾਦੀ ਲੋਕ ਨੇ ਕਿਸੇ ਵੀ ਧਰਮ ਦੇ ਹੋਣਗੇ ਕਿਸੇ ਵੀ ਕੰਟਰੀ ਦੇ ਹੋਣਗੇ ਮੈਂ ਇੰਡੀਆ ਦੀ ਗੱਲ ਹੀ ਨਹੀਂ ਕਰਦਾ ਕਿਸੇ ਵੀ ਕੰਟਰੀ ਦੇ ਹੋਣਗੇ ਮੰਨ ਲਓ ਫੋਰ ਐਗਜ਼ਾਮਪਲ ਉਹ ਤੁਰਕੀ ਦੇ ਹੀ ਹੋਣਗੇ ਜਾਂ ਮੰਨ ਲਓ ਕਿਸੇ ਵੈਸਟਰਨ ਕੰਟਰੀ ਦੇ ਹੋਣਗੇ ਹਰ ਕੰਟਰੀ ਦੇ ਹਰ ਕੈਲੋ ਬਈ ਧਰਮ ਦੇ ਆਪਣੇ ਕੁਝ ਜਿਹੜੇ ਨੇ 네ਗੇਟਿਵ ਚੀਜ਼ਾਂ ਉਹਨਾਂ ਨੇ ਲੋਕਾਂ 'ਚ ਫਲਾਈਆਂ ਨੇ ਉਹਦੇ ਕਰਕੇ ਕੀ ਹੁੰਦਾ ਧਾਰਮਿਕ ਵਖਰੇਵੇਂ ਅਸੀਂ ਚਾਹੁੰਦੇ ਆ ਵੀ ਉਹ ਧਾਰਮਿਕ ਵਕਰੀਵੇਂ ਖਤਮ ਹੋ ਜਾਣ ਹਰ ਬੰਦਾ ਇੱਕ ਗੱਲ ਸਮਝ ਲੇ ਕਿ ਮੈਂ ਇਸ ਦੁਨੀਆ ਤੇ ਆਇਆ ਤਾਂ ਉਹ ਸੱਚੇ ਅਕਾਲ ਪੁਰਖ ਦੀ ਮਰਜ਼ੀ ਨਾਲ ਆਇਆ ਮੈਂ ਆਪਣਾ ਧਰਮ ਆਪ ਚੂਜ਼ ਨਹੀਂ ਕੀਤਾ ਉਹਨੇ ਚੂਜ਼ ਕੀਤਾ ਵੀ ਮੈਂ ਕਿਹਦੀ ਫੈਮਿਲੀ 'ਚ ਜਨਮ ਲੈਣਾ ਤੁਸੀਂ ਚੂਜ਼ ਕੀਤਾ ਤੁਸੀਂ ਸਿੱਖ ਬਣੋਗੇ ਨਹੀਂ ਨਾ ਜੇ ਤਾਂ ਤੁਸੀਂ ਬਾਅਦ 'ਚ ਤਨ ਕਨਵਰਟ ਕੀਤਾ ਹੋਵੇ ਤਾਂ ਤੁਸੀਂ ਚੂਜ਼ ਕੀਤਾ ਹੈਨਾ ਹੁਣ ਕਨਵਰਟ ਵਾਲੇ ਮਸਲੇ ਦੇ ਵੇਖੋ ਦੇਖੋ ਨਾ ਤੇ ਕਨਵਰਟ ਵਾਲੇ ਮਸਲੇ ਤੇ ਸਿੱਖਾਂ ਦਾ ਕੁਝ ਨਾ ਤੇ ਕਨਵਰਟ ਵਾਲੇ ਮਸਲੇ ਤੇ ਹਿੰਦੂਆਂ ਦਾ ਕੁਛ ਹੈ ਨਾ ਮੁਸਲਮਾਨਾਂ ਤੇ ਨਾ ਕ੍ਰਿਸਚੀਅਨਸ ਦਾ ਜਿਹੜੇ ਅਸਲੀ ਧਰਮੀ ਨੇ ਵੀ ਇਹ ਕਨਵਰਟਿਜ਼ਮ ਦੇ ਖਿਲਾਫ ਨੇ 100% ਇਹ ਤੁਸੀਂ ਕਿਸੇ ਵੀ ਚੰਗੇ ਧਾਰਮਿਕ ਉਹਨਾਂ ਦੇ ਫੇਥ ਲੀਡਰ ਤੋਂ ਪੁੱਛ ਸਕਦੇ ਹੋ ਓਰੀਜਨਲ ਲੈਦਰ ਦੀ ਉੱਪਰ ਚ ਹੋਈ ਐ ਸਿੰਘ ਸਭਾ ਲਹਿਰ ਦੀ ਉੱਪਰ ਕਿੱਥੋਂ ਹੁੰਦੀ ਐ ਤੇ ਕਹਿੰਦੇ ਸਾਡੀਆਂ ਜਿੰਨੀਆਂ ਵੱਡੀਆਂ ਲਹਿਰਾਂ ਦੀ ਉਪਜ ਐ ਆਪਾਂ ਆਪਾਂ ਦੂਰ ਨਾਲ ਜਾਈਏ ਮੇਰੇ ਖਿਆਲ ਆ ਅਗਲੀ ਦਸ ਸਿੰਘ ਦੀ ਗੱਲ ਕਰਦੇ ਆ ਪ੍ਰੋਫੈਸਰ ਗੁਰਮੁਖ ਸਿੰਘ ਹੋਣਾ ਦੀ ਗੱਲ ਕਿ ਸਾਡੀਆਂ ਵੱਡੀਆਂ ਲਹਿਰਾਂ ਜਿਹੜਾ ਪਰਵਰਤਨ ਦੇ ਖਿਲਾਫ ਉੱਠੀਆਂ ਨੇ ਸ਼ੁਰੂ ਹੋਈਆਂ ਨੇ ਬਿਲਕੁਲ ਕਿਉਂਕਿ ਵੀਰੇ ਅਸਲ ਵਿੱਚ ਕਾਲਜ ਨੇ ਜਿਹੜੇ ਹਨਾ ਜਾਂ ਜਿੰਨੇ ਵੀ ਮਿਸ਼ਨਰੀ ਹੋਈ ਨਹੀਂ ਉਹਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ ਉਹਦੀ ਸ਼ੁਰੂਆਤ ਜਿਹੜੀ ਹੈ ਪਰਵਰਤਨ ਦੇ ਵਿਰੁੱਧ ਲਾਮਬੰਦੀ ਹੋਈ ਕੀਤੀ ਗਈ ਸੀ ਵੀਰੇ ਅਸਲ ਦੇ ਵਿੱਚ ਨਾ ਇਹ ਸਮਝਣਾ ਪਊਗਾ ਕਿ ਜਿਹੜਾ ਨਾ ਪਰਵਰਤਨ ਆ ਨਾ ਜੇ ਮੰਨ ਲਓ ਕੋਈ ਅੱਜ ਬਹੁਤ ਜ਼ਿਆਦਾ ਪੰਜਾਬ 'ਚ ਜਿਵੇਂ ਗੱਲ ਚੱਲਦੀ ਹੈ ਕਿ ਭਈ ਜੀ ਕਾਫੀ ਲੋਕਾਂ ਦੇ ਧਰਮ ਪਰਵਰਤਨ ਕੀਤੇ ਜਾ ਰਹੇ ਹਨ ਉਹ ਵੀਰੇ ਅਸਲ ਵਿੱਚ ਕੀ ਹੈ ਵੀ ਉਹ ਦੋਵਾਂ ਨੇ ਧਰਮ ਨਹੀਂ ਪੜਿਆ ਨਾ ਤੇ ਕਰਾਉਣ ਵਾਲੇ ਤੇ ਨਾ ਕਰਨ ਵਾਲੇ ਹੈਣਾ ਇਸ ਕਰਕੇ ਉਹਦੇ ਵਿੱਚ ਦੋਸ਼ ਸਾਡਾ ਹੀ ਹੈ ਜਿਨ੍ਹਾਂ ਨੇ ਧਰਮ ਨੂੰ ਪੜਿਆ ਵੀ ਅਸੀਂ ਉਹਨਾਂ ਨੂੰ ਪੜਾ ਨਹੀਂ ਸਕੇ ਇਹ ਹਰ ਥਾਂ 'ਤੇ ਦੋਸ਼ ਸਾਡਾ ਹੀ ਹੁੰਦਾ ਕਿ ਜੇ ਤੁਸੀਂ ਗੱਲ ਸਮਝ ਲਈ ਤੇ ਤੁਹਾਨੂੰ ਅੱਗੇ ਵੰਡਣਾ ਪਊਗਾ ਹਾਂ ਗੁਰੂ ਨਾਨਕ ਸਾਹਿਬ ਦਾ ਸਭ ਤੋਂ ਵੱਡਾ ਮੁੱਢਲਾ ਸਿਧਾਂਤ ਹੈ ਵੀ ਵੰਡ ਛਕੋ ਤੇ ਵੰਡਣਾ ਕਾਹਦਾ ਸੀ ਨੌਲੇਜ ਦੀ ਵੰਡ ਸੀ ਨਾ ਸੋ ਮੈਂ ਫਿਰ ਵਾਪਸੀ ਉੱਥੇ ਆਉਟਪੁੱਟਾਂ ਤੇ ਆਉਣਾ ਕਿ ਸਾਡੀ ਇੱਕ ਏਦਾਂ ਦੀ ਅਸੀਂ ਸਮਾਜ ਸਿਰਜਣਾ ਚਾਹੁੰਦੇ ਹਾਂ ਮੈਂ ਸਭ ਤੋਂ ਪਹਿਲਾਂ ਪੰਜਾਬ ਦੀ ਗੱਲ ਕਰੂੰਗਾ ਵੀ ਪੰਜਾਬ 'ਚ ਅਸੀਂ ਏਦਾਂ ਦਾ ਸਮਾਜ ਸਿਰਜਣਾ ਚਾਹੁੰਦੇ ਹਾਂ ਕਿ ਜਿਹਦੇ ਵਿੱਚ ਆਪਸੀ ਧਰਮ ਦੇ ਵਖਰੇਵਿਆਂ ਕਰਕੇ ਕਦੇ ਵੀ ਲੜਾਈ ਨਾ ਹੋ ਹਾਂ ਸੌਲੇ ਬਹੁਤ ਕਟ ਹੋਈਆਂ ਨੇ ਬਿਲਕੁਲ ਹੀ ਨਾ ਹੁਣ ਬਿਲਕੁਲ ਨਾਨਕ ਦੇ ਅਸੇ ਮੁਤਾਬਕ ਸਮਾਜ ਹੈਗਾ ਉਹ ਚਾਹੁੰਦਾ ਕਿਉਂਕਿ ਅਸੀਂ ਜੇ ਇਹਨੂੰ ਐਗਜ਼ਾਮਪਲ ਸੈੱਟ ਕਰ ਦਾਂਗੇ ਨਾ ਫਿਰ ਅਸੀਂ ਕਿਤੇ ਵੀ ਜਾ ਸਕਦੇ ਜੇ ਮੰਨ ਲਓ ਅੱਜ ਦਿੱਲੀ ਦੇ ਵਿੱਚ ਸਿੱਖ ਬੈਠੇ ਆ ਨਾ ਦਿੱਲੀ ਦੇ ਵਿੱਚ ਇੱਕ ਇੰਟਰਫੇਸ ਕਾਨਫਰੰਸ ਅਸੀਂ ਫਰੀਦাবাদ ਵਿੱਚ ਪਿਛਲੇ ਸਾਲ ਕੀਤੀ ਸੀ ਦਸੰਬਰ ਚ ਹੁਣ ਉੱਥੇ ਦੇ ਸਿੱਖਾਂ ਨੇ ਵੀ ਬਹੁਤ ਬਾਤ ਚ ਹੰਗਾਰਾ ਭਰਿਆ ਉੱਥੇ ਦੇ ਮੁਸਲਮਾਨਾਂ ਨੇ ਇਹ ਗੱਲ ਮਤਲਬ ਉੱਥੇ ਦੇ ਆਰਗੇਨਾਈਜ਼ਰਾਂ ਨੂੰ ਕਿ ਯਾਰ ਤੁਸੀਂ ਸਾਨੂੰ ਕਿਉਂ ਨਹੀਂ ਬੁਲਾਇਆ ਗੱਲ ਇਹ ਹੈ ਕਿਉਂਕਿ ਵੀਰੇ ਹਰ ਬੰਦਾ ਚਾਹੁੰਦਾ ਕਿ ਆਪਸੀ ਵਖਰੇਵੇਂ ਹਟਾ ਕੇ ਅਸੀਂ ਰਲ ਮਿਲ ਕੇ ਰਹੀਏ ਸਿਰਫ ਕੁਝ ਬੰਦੇ ਜਿਨ੍ਹਾਂ ਦੇ ਸੈਲਫਿਸ਼ ਮੋਟਿਵਸ ਨੇ ਉਹਨਾਂ ਦੀ ਕਹਿ ਲੋ ਤਾਕਤ ਜ਼ਿਆਦਾ ਹੂੰ ਉਹਨਾਂ ਦਾ ਕੰਮ ਕਰਨ ਦਾ ਸਟਾਈਲ ਹੋਰ ਹੈ ਤੇ ਉਹ ਨੈਗੇਟਿਵਿਟੀ ਛੇਤੀ ਫੈਲਾ ਲੈਂਦੇ ਆ ਅਸੀਂ ਜਿਹੜੇ ਪੋਜ਼ਿਟਿਵਿਟੀ ਫਲਾਣ ਵਾਲੇ ਬੰਦੇ ਆ ਨਾ ਅਸੀਂ ਆਪਣਾ ਕੰਮ ਨਹੀਂ ਕਰਦੇ ਮੈਂ ਤੇ ਇਹ ਦੱਸੂੰ ਇਹ ਗੱਲ ਆਖਰੀ ਸਵਾਲ ਜਿਹੜਾ ਮੇਰਾ ਆ ਕ੍ਰਿਟਿਸਿਜ਼ਮ ਜੀ ਜੇਕਰ ਮੈਂ ਗੱਲ ਕਰਾਂ ਆਲੋਚਨਾ ਖਾਸ ਕਰਕੇ ਜਿੱਦੇ ਚ ਜਿਹੜੀ ਸਭ ਤੋਂ ਵੱਡੀ ਆਲੋਚਨਾ ਹੋਈ ਆ ਹਜ਼ਬ ਉੱਤ ਤਹਿਰੀਰ ਦੇ ਵੱਲੋਂ ਇਹ ਕਿਹਾ ਗਿਆ ਕਿ ਜਿਹੜਾ ਇੰਟਰਫੇਸ ਡਾਇਲੋਗ ਦਾ ਕਨਸੈਪਟ ਹੈ ਪੱਛਮਵਾਦ ਦਾ ਕਨਸੈਪਟ ਹੈ ਜਿਹੜਾ ਪੱਛਮਵਾਦ ਦਾ ਕਨਸੈਪਟ ਕੀ ਆ ਕਿ ਥੋੜੇ ਤੇ ਜਿਹੜੀ ਜਿਹੜੀ ਤਾਂ ਤਾਂ ਇੱਕ ਕਈ ਵਾਰ ਅਸੀਂ ਸੁਣਿਆ ਵੀ ਹੈ ਕਿ ਇੱਕ ਧਰਮ ਦੀ ਪੂਰੀ ਦੁਨੀਆ ਦੇ ਵਿੱਚ ਜਾਂ ਤੇ ਇਹਦੇ ਪਿੱਛੇ ਜਿਨ੍ਹਾਂ ਨੇ ਵੀ ਇਹ ਸ਼ੁਰੂ ਕੀਤਾ ਕਿਸੇ ਵੇਲੇ ਹਾਲਾਂਕਿ ਇਹਦੀ ਪਹਿਲੀ ਜਿਹੜੀ ਸਾਨੂੰ ਜਿਕਰ ਆਫੀਸ਼ੀਅਲ ਕਹਦੀ ਹੈ ਤਾਂ ਜਾਣਕਾਰੀ ਮਿਲਦੀ ਹੈ 1890 ਦੀ ਮਿਲਦੀ ਹੈ ਫਿਰ ਬਾਅਦ ਵਿੱਚ 1920 ਦੇ ਕਰੀਬ ਜਿਹੜੀ ਵਰਲਡ ਕਾਂਗਰਸ ਆਫ ਰਿਲੀਜੀਅਨਸ ਬਣਦੀ ਹੈ 1900 ਦੇ ਵਿੱਚ ਅਲਾਈਅੰਸ ਇੱਕ ਬਣਦਾ ਆ ਡਿਫਰੈਂਟ ਇੰਟਰਨੈਸ਼ਨਲ ਅਲਾਈਅੰਸ ਆਫ ਰਿਲੀਜੀਅਨਸ ਬਣਦਾ ਆ 1900 ਦੇ ਵਿੱਚ ਲੇਕਿਨ ਉਦੋਂ ਪਹਿਲਾਂ ਦੀ ਗੱਲ ਵੀ ਕਰਦੇ ਆ ਮੈਂ ਜਿਹੜੀ ਗੱਲ ਕਰ ਰਿਹਾ ਹਾਂ ਗੁਰੂ ਨਾਨਕ ਸਾਹਿਬ ਵੇਲੇ ਵੀ ਇੰਟਰਫੇਸ ਡਾਇਲੌਗ ਹੀ ਹੁੰਦੇ ਰਹੇ ਨੇ ਲੇਕਿਨ ਜਿੱਦਾਂ ਕ੍ਰਿਟੀਸਾਈਜ਼ ਦੇ ਵਿੱਚ ਇੱਕ ਗੱਲ ਆ ਗਈ ਕਿ ਜਿਹੜੀ ਮਨਛਾ ਆ ਵੀ ਉਹ ਸ਼ਾਇਦ ਉਹਨਾਂ ਨੇ ਕਿਹਾ ਕਿ ਨਾਨ-ਇਸਲਾਮਿਕ ਕੰਟਰੀਸ ਤੇ ਜਾਂ ਨਾਨ-ਇਸਲਾਮਿਕ ਕਮਿਊਨਿਟੀਸ ਤੇ ਉਹ ਆਪਣਾ ਜਿਹੜਾ ਆਈਡੀਓਲੋਜੀ ਆ ਉਹ ਥੁਪਨੀ ਚਾਉਂਦੇ ਨੇ ਤੁਹਾਨੂੰ ਲੱਗਦਾ ਵੀ ਜਿਵੇਂ ਐਜ਼ ਅ ਸਿੱਖ ਅਸੀਂ ਬੈਠੇ ਹਾਂ ਇੱਥੇ ਚਲੋ ਜਾਂ ਸਾਡੇ ਨਾਲ ਕੋਈ ਰਿਪਰੈਜ਼ੈਂਟੇਟਿਵ ਬਿਠਾਇਆ ਹਿੰਦੂ ਹਿੰਦੂ ਕਮਿਊਨਿਟੀ ਤੋਂ ਜਾਂ ਮੁਸਲਮਾਨ ਕਮਿਊਨਿਟੀ ਤੋਂ ਕੀ ਇੰਟਰਫੇਸ ਦੇ ਵਿੱਚ ਕਿਸੇ ਹੂਲ ਦੀ ਵਿਚਾਰਤਾ ਰਾ ਥੋਪੀ ਜਾਂਦੀ ਹੈ ਨਹੀਂ ਵੀਰੇ ਇਦਾਂ ਨਹੀਂ ਆ ਮੈਂ ਇਸ ਗੱਲ ਦਾ ਖੰਡਨ ਕਰਦਾ ਮੈਨੂੰ ਨਹੀਂ ਪਤਾ ਵੀ ਉਹਨਾਂ ਨੇ ਇਸ ਗੱਲ ਨੂੰ ਕੀ ਬੇਸ ਮੰਨਿਆ ਪਰ ਮੈਂ ਤੇ ਇੱਕ ਗੱਲ ਜਾਣਦਾ ਵਾਂ ਕਿ ਹੁਣ ਤੱਕ ਹੋਇਆ ਕਿ ਸਾਡੀਆਂ ਇੰਟਰਫੇਸ ਕਾਨਫਰੰਸਾਂ ਸੀ ਜਿੱਥੇ ਅਸੀਂ ਆਰਗੇਨਾਈਜ਼ ਕੀਤੀਆਂ ਜਾਂ ਜਿੱਥੇ ਮੈਂ ਪਾਰਟਿਸਿਪੇਟ ਕੀਤਾ ਠੀਕ ਹੈ ਕਿੰਨੀਆਂ ਵਰਲਡ ਲੈਵਲ ਦੀਆਂ ਆਰਗੇਨਾਈਜੇਸ਼ਨ ਸਾਊਥ ਕੋਰੀਆ ਬਹੁਤ ਇੰਟਰਫੇਸ ਤੇ ਕੰਮ ਕਰਦੀਆਂ ਮੈਨੂੰ ਕਾਫੀ ਜਗ੍ਹਾ ਉਹਨਾਂ ਤੇ ਮੌਕਾ ਮਿਲਿਆ ਕਿਉਂਕਿ ਆ ਲਾਕਡਾਊਨ ਚ ਤਾਂ ਉਹਨਾਂ ਨੇ ਮਤਲਬ ਹਰ ਵੀਕਐਂਡ ਹੀ ਉਹ ਇੱਕ ਵੱਡੇ ਲੈਵਲ ਦੀ ਆਰਗੇਨਾਈਜ਼ ਕਰਦੇ ਸੀਗੇ ਜ਼ੂਮ ਦੇ ਉੱਪਰ ਮ ਕਾਫੀ ਸਾਰੀਆਂ ਅਟੈਂਡ ਕਰਨ ਦਾ ਮੌਕਾ ਮਿਲਿਆ ਉਹਦੇ ਵਿੱਚ ਕਦੇ ਵੀ ਵੀਰੇ ਇਹ ਗੱਲ ਥੋਪੀ ਨਹੀਂ ਗਈ ਉਹਦੇ ਵਿੱਚ ਕੀ ਹੁੰਦਾ ਇੱਕ ਟੌਪਿਕ ਹੁੰਦਾ ਮਿਸਾਲ ਦੇ ਤੌਰ ਤੇ ਉੱਥੇ ਕੀ ਹੁੰਦਾ ਬਈ ਉਹਨਾਂ ਨੇ ਮੰਨ ਲਓ ਤਿੰਨ ਸਵਾਲ ਰੱਖਤੇ ਕਿ ਅੱਜ ਤੁਹਾਡੇ ਹਿਸਾਬ ਨਾਲ ਗੁਰੂ ਕੌਣ ਹੈ ਤੁਹਾਡੇ ਹਿਸਾਬ ਨਾਲ ਰੱਬ ਕੌਣ ਹੈ ਤੇ ਤੁਹਾਡੇ ਹਿਸਾਬ ਨਾਲ ਧਰਮ ਦੀ ਹੋਂਦ ਕੀ ਹੈ ਉਹਦੇ ਤੇ ਵੱਖਰੇ ਵੱਖਰੇ ਜਿਹੜੇ ਡਾਇਲੌਗਸ ਨੇ ਵੱਖਰੇ ਵੱਖਰੇ ਧਰਮਾਂ ਦੇ ਲੋਕਾਂ ਨੇ ਆਪਣੇ ਧਰਮ ਬਾਰੇ ਦੱਸਣਾ ਤੁਸੀਂ ਕਿਹਦੇ ਤੋਂ ਕਿੰਨਾ ਇਨਸਪਾਇਰ ਹੋਣਾ ਕੀ ਦੇ ਤੋ ਕੀ ਚੱਕਣਾ ਹੈ ਤੁਹਾਡੀ ਹੈ ਜ਼ਿੰਮੇਵਾਰੀ ਇਹ ਤੁਹਾਡਾ ਆਪਣਾ ਦਿਮਾਗ ਹੈ ਉਹ ਤਾਂ ਵੈਸੇ ਵੀ ਇਦਾਂ ਹੀ ਹੈ ਨਾ ਕਿ ਮੰਨ ਲਓ ਅੱਜ ਤੁਸੀਂ ਇੱਕ ਸਿੱਖ ਪਰਿਵਾਰ ਦੇ ਵਿੱਚ ਜਨਮ ਲੈਨੇ ਹੋ ਤੁਸੀਂ ਕਹਿੰਦੇ ਹੋ ਵੀ ਯਾਰ ਮੈਂ ਕੇਸ ਕਤਲ ਕਰਾਉਣੇ ਆ ਜਾਂ ਮੈਂ ਮਤਲਬ ਆਪਣਾ ਧਰਮ ਕਨਵਰਟ ਕਰਾਉਣਾ ਤੇ ਦੁਨੀਆ ਦਾ ਕੋਈ ਵੀ ਬੰਦਾ ਜ਼ੋਰ ਲਾ ਲੇ ਜੇ ਤੇ ਤੁਹਾਡੇ ਦਿਮਾਗ ਨੂੰ ਸਮਝ ਆਊਗਾ ਤੇ ਤੁਸੀਂ ਵਾਪਸ ਉਸ ਧਰਮ 'ਚ ਰਹੋਗੇ ਤੇ ਜੇ ਤੁਹਾਡੇ ਦਿਮਾਗ ਨੂੰ ਹੀ ਨਹੀਂ ਸਮਝ ਆਊਗਾ ਤੇ ਤੁਸੀਂ ਉਹ ਧਰਮ ਛੱਡ ਦੋਗੇ ਉਦੇ ਤੱਕ ਇਹਦਾ ਜੋਰ ਨਹੀਂ ਹੈ ਨਾ ਕੋਈ ਕਿਸੇ ਨੂੰ ਇਸ ਲੈਵਲ ਤੱਕ ਫੋਰਸ ਨਹੀਂ ਕਰ ਸਕਦਾ ਕਿ ਉਹ ਕਿਸੇ ਦਾ ਧਰਮ ਪਰਵਰਤਿਤ ਕਰਾ ਦੇ ਅਸੀਂ ਜਿਹੜਾ ਬੰਦਾ ਧਰਮ ਦੇ ਖਿਲਾਫ ਜਾਊਗਾ ਅਸੀਂ ਉਹਦੇ ਖਿਲਾਫ ਵੀ ਖੜੇ ਹਾਂ ਠੀਕ ਹੈ ਤੇ ਜਿਹੜਾ ਬੰਦਾ ਧਰਮ ਦੇ ਨਾਲ ਹੈ ਅਸੀਂ ਉਹਦੇ ਨਾਲ ਵੀ ਖੜੇ ਹਾਂ ਇਹ ਦੋ ਕਹਾਣੀਆਂ ਬਹੁਤ ਇੰਪੋਰਟੈਂਟ ਹੈ ਅਸੀਂ ਕਿਸੇ ਨੂੰ ਧਰਮ ਕਨਵਰਟ ਵੀ ਨਹੀਂ ਕਰਾਣ ਦਿੱਤਾ ਇਤਿਹਾਸ ਦੇ ਵਿੱਚ ਜਦੋਂ ਕਨਵਰਟ ਕਰਾਣ ਦੀ ਗੱਲ ਆਈ ਅਸੀਂ ਆਪਦੇ ਗੁਰੂ ਨੂੰ ਸ਼ਹਾਦਤ ਲਈ ਭੇਜਤਾ ਗੁਰੂ ਨਾਨਕ ਸਾਹਿਬ ਨੇ ਆਪਣੇ ਆਪ ਤੇ ਧਰਮ ਕਿਸੇ ਦਾ ਥੂਪਣ ਵੀ ਨਹੀਂ ਦਿੱਤਾ। ਦੋਵੇਂ ਕਹਾਣੀਆਂ ਸਾਨੂੰ ਸਮਝਣੀਆਂ ਪੈਣਗੀਆਂ। ਜੇ ਮੰਨ ਲਓ ਕਿਸੇ ਗਵਾਂਡੀ ਦਾ ਧਰਮ ਕੋਈ ਪਰਵਰਤਨ ਕਰਾਣਾ ਚਾਹੁੰਦਾ ਹੈ ਤੇ ਗਵਾਂਡੀ ਨਹੀਂ ਕਰਨਾ ਚਾਹੁੰਦਾ ਤੇ ਉਹਨੂੰ ਲੋੜ ਹੈ ਤੇ ਮੈਂ ਉਹਦੇ ਨਾਲ ਖੜਾਂਗਾ। ਹੂੰ। ਤੇ ਜੇ ਉਹ ਆਪਣੀ ਖੁਸ਼ੀ ਨਾਲ ਧਰਮ ਪਰਵਰਤਿਤ ਕਰਨਾ ਚਾਹੁੰਦਾ ਆਪਣੀ ਖੁਸ਼ੀ ਨਾਲ ਉਹ ਜਿਹੜਾ ਧਰਮ ਮੰਨ ਰਿਹਾ ਤੇ ਮੈਂ ਉਹਨੂੰ ਫੋਰਸ ਵੀ ਨਹੀਂ ਕਰੂੰਗਾ ਤੂੰ ਸਾਡੇ ਵਾਲਾ ਮੰਨ। ਹੂੰ। ਇਹ ਦੋਵੇਂ ਕਹਾਣੀਆਂ 'ਚ ਫਰਕ ਹੈ ਇਹ ਦੋਵੇਂ ਚੀਜ਼ਾਂ ਹੀ ਨਾਲ ਦੀ ਨਾਲ ਪੈਰਲਲ ਹੀ ਚੱਲਣੀਆਂ ਨੇ ਕਿ ਇੱਕ ਸਿੱਖ ਚੰਗਾ ਸਿੱਖ ਬਣੇ ਇੱਕ ਮੁਸਲਮਾਨ ਚੰਗਾ ਮੁਸਲਮਾਨ ਬਣੇ ਇੱਕ ਹਿੰਦੂ ਚੰਗਾ ਹਿੰਦੂ ਬਣੇ ਇਹ ਜਿਹੜੀਆਂ ਇਹ ਜਿਹੜੀ ਇੰਟਰਨੈਸ਼ਨਲ ਲੈਵਲ ਤੇ ਗੱਲ ਚੱਲ ਰਹੀਆਂ ਨੇ ਬਹੁਤ ਮਾਈਨਿਊਟ ਜੀ ਹੈ ਬਹੁਤ ਛੋਟੀ ਜੀ ਹੈ ਇਹਦੇ ਵਿੱਚ ਇਦਾਂ ਹੀ ਸੀਗਾ ਕਿ ਸਾਰੇ ਲੋਕ ਇੱਕ ਪਰਸੈਪਸ਼ਨ ਹੁੰਦੀ ਹੈ ਕੁਝ ਲੋਕਾਂ ਦੀ ਜਿਨ੍ਹਾਂ ਨੇ ਕਹਿ ਲਓ ਬਈ ਦੂਰੋਂ ਖੜ ਕੇ ਚੀਜ਼ ਵੇਖੀ ਹੁੰਦੀਆਂ ਨਾ ਉਹਨਾਂ ਦੀ ਪਰਸੈਪਸ਼ਨ ਹੁੰਦੀ ਹੈ ਇਰ ਇੰਟਰਫੇਸ ਤੇ ਡਾਇਲੌਗਸ 'ਚ ਤਾਂ ਸਾਰੀ ਸਾਂਝੀ ਵਾਲਤਾ ਦੀ ਗੱਲ ਹੁੰਦੀ ਹੈ ਉਹਦੇ 'ਚ ਤਾਂ ਕਨਵਰਟ ਜੇ ਮੰਨ ਲਓ ਮੈਂ ਹਨਾ ਗੁਰਸਿੱਖੀ ਦੀ ਉਹ ਗੱਲ ਕਰਨੀ ਆ ਬੀਇੰਗ ਅ ਸਿੱਖ ਤੇ ਤੁਸੀਂ ਮੰਨ ਲਓ ਬਈ ਬੀਇੰਗ ਅ ਮੁਸਲਮਾਨ ਮੁਸਲਮਾਨ ਧਰਮ ਦੀ ਗੱਲ ਕਰਨੀ ਤੇ ਕਨਵਰਟਿਜ਼ਮ ਕਿੱਥੇ ਆਇਆ ਅਸੀਂ ਤੇ ਦੱਸਿਆ ਬਈ ਸਾਡੇ ਅਕੀਦੇ ਚ ਆਹ ਚੀਜ਼ਾਂ ਨੇ ਹੁਣ ਮੈਂ ਹੋਰ ਅੱਗੇ ਵੱਧਦਾ ਹੁਣ ਕੀ ਹੈ ਬਈ ਕਾਫੀ ਸਾਰੀਆਂ ਵਰਲਡ ਦੀਆਂ ਜਿਹੜੀਆਂ ਪ੍ਰੋਬਲਮਸ ਨੇ ਉਹ ਧਰਮਾਂ ਦੇ ਕੈਲੋਕੀਦਿਆਂ ਦੇ थ्रू ਸੋਲਵ ਹੋਣੀਆਂ ਸ਼ੁਰੂ ਹੋ ਗਈਆਂ ਫੋਰ ਐਗਜ਼ਾਮਪਲ ਜੇ এনवायरमेंट ਦੀ ਗੱਲ ਕਰੀਏ ਹੈਨਾ এনवायरमेंट ਦੇ ਉੱਪਰ ਬਹੁਤ ਸਾਰੀ ਇੰਟਰਫੇਸ ਰੂਟੀਨ ਚ ਹੀ ਹੋ ਰਹੀਆਂ ਨੇ ਯੂਨੋ ਵੱਲੋਂ ਇਹਦੇ 14 ਦੇ ਵਿੱਚ ਹੋਈ ਸੀ ਯੂਨੀਸੇਫ ਨੇ ਕੀਤਾ ਸੀ ਜਦੋਂ ਸੋਮਨੀ ਕਮੇਟੀ ਤੋਂ ਹﻔਤਾਬ ਸਿੰਘ ਮੱਕੜ ਹੋਰੀ ਗਏ ਸੀ ਡਾਕਟਰ ਰਾਜਵੰਤ ਗਏ ਸੀ ਇੱਕੋ ਜਿਹੀ ਤੇ ਲੋ ਅਲੱਗ-ਅਲੱਗ ਜਿਹੜੇ ਧਰਮਾਂ ਦੇ ਉਹਨਾਂ ਨੇ ਰਿਪਰੈਜ਼ੈਂਟੇਟਿਵ ਬੁਲਾਏ ਸੀ ਕਾਰਨ ਇਹ ਸੀ ਕਿ ਜਿਹੜੀ ਗੱਲ ਇੱਕ ਪੋਲੀਟੀਕਲ ਲੀਡਰਸ ਜਾਂ ਗਵਰਨਮੈਂਟਸ ਜਾਂ ਬਿਊਰੋਕਰੇਸੀ ਨਹੀਂ ਲੋਕਾਂ ਤੱਕ ਪਹੁੰਚਾ ਸਕਦੀਗੀ ਉਹ ਗੱਲ ਕਿਤੇ ਨਾ ਕਿਤੇ ਜਿਹੜੇ ਆ ਰਿਲੀਜੀਅਸ ਲੀਡਰਸ ਨੇ ਉਹ ਬਚਾ ਸਕਦੇ ਨੇ ਕਿਉਂਕਿ ਲੋਕਾਂ ਨੂੰ ਜਦੋਂ ਇਹ ਗੱਲ ਕਹੀ ਜਾਂਦੀ ਹੈ ਗੁਰੂ ਨਾਨਕ ਸਾਹਿਬ ਕਹਿੰਦੇ ਵੀ ਭਾਈ ਪਾਣੀ ਡੋੜਨਾ ਕਹਿੰਦੇ ਆ ਲੋਕ ਜਿਆਦਾ ਸੁਣਦੇ ਆ ਅਸਲ ਵਿੱਚ ਨਾ ਵੀਰੇ ਉਹਨਾਂ ਨੇ ਯੂਨੋ ਨੇ ਇੱਕ ਗੱਲ ਹੋਰ ਵੀ ਸਮਝੀ ਜਿਹੜੀ ਆ ਸਾਨੂੰ ਆਮ ਲੋਕਾਂ ਨੂੰ ਵੀ ਸਮਝਣੀ ਚਾਹੀਦੀ ਹੈ ਕਿ ਵਰਲਡ ਦੀਆਂ ਪੋਲੀਟੀਕਲ ਪਾਵਰਸ ਤੇ ਬਹੁਤ ਨੇ ਹੂੰ ਜਿੰਨੇ ਮੁਲਕ ਨੇ ਉਤੋਂ ਵੀ ਕਈ ਗੁਣਾ ਜ਼ਿਆਦਾ ਪੋਲੀਟੀਕਲ ਪਾਵਰਸ ਨੇ ਵਰਲਡ ਬਹੁਤ ਛੋਟੇ ਛੋਟੇ ਪੋਲੀਟੀਕਲ ਪਾਵਰਸ ਦੇ ਇਨਫਲੂਐਂਸ ਦੇ ਲੋਕਾਂ ਨਾਲ ਵੰਡਿਆ ਹੋਇਆ ਪਰ ਜੇ ਵਰਲਡ ਨੂੰ ਵੱਡੇ ਤੌਰ ਤੇ ਵੇਖਣਾ ਹੋਵੇ ਤਾਂ ਉਹਨੂੰ ਧਰਮਾਂ ਦੇ ਵੰਡ ਕੇ ਵੇਖ ਲਓ ਹੂੰ ਹੈਨਾ ਵੀ ਮੇਨ ਕੀ ਆ ਵੱਡੇ ਧਰਮ ਕਿੰਨੇ ਆ 4 ਜਾਂ 5 ਜਾਂ 7 ਜਾਂ 10 ਹੈਨਾ ਜਦੋਂ 10 ਧਰਮਾਂ ਦੇ ਮੁਖੀ ਉਹ ਗੱਲ ਕਹਿਣਗੇ 10 ਬੰਦੇ ਉਹ ਗੱਲ ਕਹਿਣਗੇ ਤੇ ਕੀ ਹੋਊਗਾ ਉਹ ਮੈਸੇਜ ਜ਼ਿਆਦਾ ਵੱਡਾ ਜਾਊਗਾ ਸਰਕਾਰਾਂ ਫਿਰ ਛੋਟੀਆਂ ਨੇ ਸਰਕਾਰ ਮੰਨ ਲਓ ਅੱਜ ਹਿੰਦੁਸਤਾਨ ਦਾ ਕੋਈ ਜਿਹੜਾ ਆਪਣਾ ਇੱਕ ਲੀਡਰ ਹੈ ਉਹ ਕੋਈ ਗੱਲ ਕਹਿ ਦਿੰਦਾ ਤੇ ਪਾਕਿਸਤਾਨ ਦਾ ਲੀਡਰ ਕੋਈ ਗੱਲ ਕਹਿ ਦਿੰਦਾ ਹੁਣ ਪਾਕਿਸਤਾਨ ਦਾ ਲੀਡਰ ਜਿੰਨੀ ਮਰਜ਼ੀ ਚੰਗੀ ਗੱਲ ਕਹਿ ਦੇ ਬੀਇੰਗ ਆ ਇੰਡੀਅਨ ਤੁਸੀਂ ਨਹੀਂ ਮੰਨੋਗੇ ਤੇ ਇੰਡੀਆ ਦਾ ਲੀਡਰ ਜਿੰਨੀ ਮਰਜ਼ੀ ਕੋਈ ਚੰਗੀ ਗੱਲ ਕਹਿ ਦੇ ਬੀਇੰਗ ਆ ਉਹ ਤੁਸੀਂ ਨਹੀਂ ਮੰਨੋਗੇ ਪਰ ਜੇ ਕੋਈ ਮੁਸਲਮਾਨ ਲੀਡਰ ਭਾਵੇਂ ਉਹ ਇੰਡੀਆ ਦਾ ਰਹਿਣ ਵਾਲਾ ਭਾਵੇਂ ਪਾਕਿਸਤਾਨ ਦਾ ਤੇ ਭਾਵੇਂ ਤੁਰਕੀ ਦਾ ਉਹਨੇ ਕੋਈ ਚੰਗੀ ਗੱਲ ਕੀਤੀ ਇੰਡੀਆ ਦਾ ਮੁਸਲਮਾਨ ਉਹਨੂੰ ਮੰਨ ਲਏਗਾ ਇਦਾਂ ਹੀ ਸਿੱਖਾਂ ਦਾ ਅੱਜ ਜਗਮੀਤ ਸਿੰਘ ਕੈਨੇਡਾ ਬੈਠਾ ਠੀਕ ਹੈ ਕੋਈ ਵੀ ਚੰਗੀ ਗੱਲ ਕਰਦਾ ਤੇ ਤੁਸੀਂ ਇਹ ਥੋੜੀ ਵੇਖਦੇ ਹੋ ਵੀ ਯਾਰ ਉਹਨੇ ਕੈਨੇਡਾ ਦੇ ਸਿੱਖਾਂ ਵਾਸਤੇ ਕਿਉਂ ਨੇ ਕਿਹਾ ਹਾਂ ਸਿੱਖਾਂ ਦੇ ਹਿੱਤ ਦੀ ਗੱਲ ਕੀਤੀ ਤਾਂ ਪੰਜਾਬ 'ਚ ਬੈਠਾ ਸਿੱਖ ਵੀ ਉਹਦੀ ਗੱਲ ਮੰਨ ਜੰਦਾ ਸੋ ਜਿਹੜੀ ਧਰਮ ਆ ਨਾ ਉਹ ਵੱਡੀ ਚੀਜ਼ ਆ ਹੂੰ ਉਹਦੇ ਹਿਸਾਬ ਨਾਲ ਸਾਨੂੰ ਸੋਸ਼ਲ ਇਵਲਸ ਨੂੰ ਖਤਮ ਕਰਨਾ ਪਊਗਾ ਇਹ ਇੰਟਰਫੇਥ ਨੂੰ ਅਲਟੀਮੇਟਲੀ ਇਹਦੀ ਆਊਟਪੁੱਟ ਮੈਂ ਇਦਾਂ ਵੀ ਦੇਖਦਾ ਕਿ ਜਿੰਨੀਆਂ ਸੋਸ਼ਲ ਇਵਲਸ ਨੇ ਜਿੰਨੀਆਂ ਸਮਾਜਿਕ ਕੁਰੀਤੀਆਂ ਨੇ ਦਾਜ ਆ ਨਸ਼ਾ ਆ ਹੋਰ ਕਿੰਨਾ ਕੁਝ ਹੈਣਾ ਉਹ ਸਾਰੇ ਵਰਲਡ ਵਿੱਚ ਫੈਲੀਆਂ ਹੋਈਆਂ ਨੇ ਸਿਰਫ ਪੰਜਾਬ ਦੀ ਗੱਲ ਨਹੀਂ ਆਂ ਇੰਡੀਆ ਦੀ ਗੱਲ ਨਹੀਂ ਆ ਸਾਰੇ ਵਰਲਡ ਵਿੱਚ ਫੈਲੀਆਂ ਹੋਈਆਂ ਨੇ ਮਤਲਬ ਅੱਜ ਇੱਕ ਬਹੁਤ ਵੱਡੀ ਜਿਹੜੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਉਹ ਗਲੋਬਲ ਵਾਰਮਿੰਗ ਬਣਿਆ ਹੋਇਆ ਹੈਣਾ এনवायरमेंट ਹੁਣ এনवायरमेंट ਦੇ ਉੱਪਰ ਜਦੋਂ ਸਾਰੇ ਧਰਮ ਇਕੱਠੇ ਹੋ ਕੇ ਲੱਗਣਗੇ ਤਾਂ ਬਟ ਆਬਵੀਅਸ ਰਿਜ਼ਲਟ ਆ ਜਾਏਗਾ ਪੀਸ ਦੇ ਉੱਪਰ ਵਰਲਡ ਰਿਲੀਜੀਅਨ ਕਾਨਫਰੰਸ ਔਨ ਪੀਸ ਬਹੁਤ ਹੋ ਰਹੀਆਂ ਨੇ। ਹੂੰ ਇਦਾਂ ਹੀ ਹੋਣੀਆਂ ਨੇ ਕਿਉਂਕਿ ਹਰ ਧਰਮ ਲੜਨਾ ਨਹੀਂ ਸਿਖਾਉਂਦਾ। ਹੂੰ ਹਰ ਧਰਮ ਪਿਆਰ ਨਾਲ ਬੰਨਣਾ ਸਿਖਾਉਂਦਾ ਸੋ ਪੀਸ ਦੇ ਉੱਪਰ ਵੀ ਹੋ ਰਹੀਆਂ। ਇਦਾਂ ਸਾਰੀਆਂ ਚੀਜ਼ਾਂ ਦੇ ਉੱਪਰ ਜਦੋਂ ਸਾਰੇ ਧਰਮ ਮੁਖੀ ਇਕੱਠੇ ਹੋ ਕੇ ਆਣਗੇ ਤਾਂ ਇੰਟਰਫੇਥ ਡਾਇਲੌਗ ਜਿਹਦਾ ਐਂਡ ਰਿਜ਼ਲਟ ਕੀ ਹੋਣਾ ਵੀ ਸਾਰਾ ਧਰਮ ਜਿਹੜਾ ਸਾਰੀ ਦੁਨੀਆ ਜਿਹੜੀ ਆ ਉਹ ਬਹੁਤ ਸੋਹਣੀ ਕਾਇਨਾਤ ਜਿਹੜੀ ਆ ਉਹ ਜਿੱਦਾਂ ਦਾ ਰੱਬ ਚਾਹੁੰਦਾ ਉਦਾਂ ਹੀ ਚੱਲਣੀ ਚਾਹਲੇਗੀ। ਹੂੰ ਇਹ ਚੀਜ਼ ਸੋ ਸੀਰੀਅਸ ਆਸ ਗੱਲਾਂ ਆਨ ਕੀ ਖੜਦੀਏ ਸ਼ੁਭ ਅਮਲਾਬਾਜੋਂ ਦੋਨੋਂ ਰੇਡੀਓ ਜਦੋਂ ਗੁਰੂ ਨਾਨਕ ਸਾਹਿਬ ਨੇ ਇਹਨੂੰ ਪੁੱਛਿਆ ਉਹਨਾਂ ਨੇ ਕਿ ਪੁੱਛਣ ਕੋਲ ਕਿਤਾਬ ਨੂੰ ਦੱਸੋ ਭਈ ਇਹਨਾਂ ਚ ਕਿਹੜਾ ਚੰਗਾ ਆ ਬਿਲਕੁਲ ਗੱਲ ਸ਼ੁਭ ਅਮਲਾਾਂ ਤੇ ਆਨ ਕੀ ਖੜਦੀਆਂ ਔਰ ਸਾਡੀਆਂ 90.8 ਕਮਿਊਨਿਟੀ ਰੇਡੀਓ ਦੀਆਂ ਸ਼ੁਭ ਕਾਮਨਾਵਾਂ ਵਿਨੇਜ ਜੀ ਤੁਹਾਡੇ ਨਾਲ ਕਿ ਜਿਹੜਾ ਗੁਰੂ ਨਾਨਕ ਸਾਹਿਬ ਦਾ ਸੱਭੇ ਸਾਂਝੀ ਵਾਲ ਸਦਾਇਣ ਦਾ ਸੁਨੇਹਾ ਆ ਕਿ ਤੁਸੀਂ ਉਸ ਆਸ਼ੇ ਨੂੰ ਹੋਰ ਮਜ਼ਬੂਤ ਕਰ ਸਕੋ ਤੁਸੀਂ ਉਸ ਆਸ਼ੇ ਤੇ ਚੱਲ ਸਕੋ ਗੁਰੂ ਸਾਹਿਬ ਦੀਆਂ ਬਖਸ਼ਿਸ਼ਾਂ ਜਿਹੜੀਆਂ ਨੇ ਉਹ ਲੈ ਸਕੋ ਸਾਡੇ ਦਰਸ਼ਕਾਂ ਨੂੰ ਵੀ ਮੈਂ ਇਹ ਬੇਨਤੀ ਕਰਾਂਗਾ ਕਿ ਸਾਡੇ ਸਰੋਤਿਆਂ ਨੂੰ ਤੁਸੀਂ ਬਣੇ ਰਹੋ ਸਾਡੇ ਨਾਲ ਔਰ ਜੇਕਰ ਤੁਹਾਡੀਆਂ ਕੋਈ ਵੀ ਕੁਐਰੀਸ ਹੈਗੀਆਂ ਨੇ ਤੁਹਾਡੇ ਕੋਈ ਪ੍ਰਸ਼ਨ ਨੇ ਪ੍ਰੋਗਰਾਮ ਕਿਦਾਂ ਦਾ ਲੱਗਿਆ ਅੱਗੇ ਕਿਹ ਇਸ ਤਰੀਕੇ ਦੇ ਪ੍ਰੋਗਰਾਮ ਜਿਹੜੇ ਨੇ ਤੁਸੀਂ ਉਹ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਉਹਦੇ ਲਈ ਸਾਨੂੰ ਈਮੇਲ ਕਰ ਸਕਦੇ ਹੋ fmcrs@gndec.ac.int ਇਹ ਤੁਸੀਂ ਸਾਡੇ ਫੇਸਬੁੱਕ ਪੰਨੇ ਤੇ ਸਾਡੇ YouTube ਚੈਨਲ ਤੇ ਕਮੈਂਟ ਪਾ ਸਕਦੇ ਹੋ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਦੀ ਗੁੱਸਾ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਥੈਂਕ ਯੂ